ਅੱਜ ਤਾਂ ਕੱਲੀ ਆ, ਕੋਈ ਨੀ ਹੈਗਾ ਦੇਖਣਾ। ਚੂੜੀਆਂ ਤਾਂ ਇਧਰੋਂ ਹੀ ਖੜਕਦੀਆਂ ਨੇ। ਆਹੋ ਖੜੀ ਆ ਕੱਲੀ ਕੱਲੀ, ਹੁਣ ਮੌਕਾ ਵਧੀਆ। ਇੱਥੇ ਰੱਖ ਦਿੰਦੇ ਫੇਰ ਅਲਮਾਰੀ ਚ ਤਾਂ ਭੁੱਲ ਗਿਆ ਲੱਗੀ। ਤੂੰ ਇੱਥੇ ਕਾਹਤੋਂ ਆਇਆ? ਉਹ ਯਾਰ ਘਰੇ ਕੋਈ ਨੀ ਹੈਗਾ, ਆਹ ਮੌਕਾ ਵਧੀਆ। ਕਿਪੂ ਤੈਨੂੰ ਮੈਂ ਕਿਹਾ ਵੀ ਤੂੰ ਮੈਨੂੰ ਛੱਡ ਦੇ, ਠੀਕ ਆ ਨਾ, ਭਾਗ ਜਾ ਇੱਥੋਂ। ਓਏ ਹਾਂ, ਕਿਵੇਂ ਛੱਡਦਾ ਯਾਰ ਤੈਨੂੰ? ਕਿਪੂ ਮੈਂ ਜਦ ਤੈਨੂੰ ਇੱਕ ਵਾਰੀ ਕਹਿਤਾ ਵੀ ਇੰਨਾ ਧੱਕਾ ਨਹੀਂ ਕਰਦਾ, ਤੈਨੂੰ ਐਂ ਪਤਾ ਗਾ ਵੀ ਮੈਂ ਤੇਰੀ ਲੱਗਦੀ ਕੀ ਹੈ, ਤੇਰੇ ਤਾਏ ਦੀ ਕੁੜੀ ਹੈਗੀ, ਕੁਛ ਤਾਂ ਸੋਚ ਲਾ ਤੂੰ। ਓਏ ਯਾਰ ਮੈਂ ਵੀ ਤਾਏ ਦੀ ਕੁੜੀ ਸਮਝਦਾ। ਤਾਏ ਦੀ ਕੁੜੀ ਸਮਝਦਾ ਤਾਂ ਫਿਰ ਇਹਦੇ ਚਾਰਾ ਤੇਰੇ ਆਹ ਅੰਦਾਜ਼ ਚ ਕਿੰਨਾ ਫਰਕ ਹੈਗਾ, ਐਂ ਵੀ ਸੋਚ। ਓਏ ਯਾਰ ਅੱਜ ਮੌਕਾ ਵਧੀਆ ਯਾਰ, ਕਿਉਂ ਅੜੀ ਕਰੀ ਜਾਂਦੀ ਆਪ ਦੀ? ਕਿਪੂ ਇਹ ਅੜੀ ਨਹੀਂ ਹੈਗੀ, ਤੂੰ ਇਹ ਜ਼ਬਰਦਸਤੀ ਕਰ ਰਿਹਾ। ਮੈਂ ਕੁਛ ਮਰਜ਼ੀ ਲਾ ਲਾ, ਬਸ ਅੱਜ ਨਹੀਂ ਮੈਂ ਛੱਡਣਾ। ਮੈਂ ਤੈਨੂੰ ਕਹਿਤਾ ਵੀ ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦੀ ਹੈਗੀ, ਤੂੰ ਇੱਥੋਂ ਭੱਗ ਜਾ, ਠੀਕ ਹੈ ਨਾ? ਮੈਨੂੰ ਪਤਾ ਗਾ ਜਿਹੜੀਆਂ ਚੀਜ਼ਾਂ ਤੂੰ ਕਰ। ਯਾਰ ਮੈਂ ਤੈਨੂੰ ਸੱਚੀ ਪਿਆਰ ਕਰਦਾ। ਤੂੰ ਮੈਨੂੰ ਪਿਆਰ ਨਹੀਂ ਕਰਦਾ, ਮੈਂ ਸਮਝਦੀ ਹੈਗੀ ਵੀ ਤੂੰ ਕਿਹੜੀ ਚੀਜ਼ ਨੂੰ ਪਿਆਰ ਕਰਦਾ, ਤੂੰ ਮੇਰੀ ਰੂਹ ਨੂੰ ਪਿਆਰ ਨਹੀਂ ਕਰਦਾ। ਓਏ ਯਾਰ ਤੇਰੀ ਰੂਹ ਨੂੰ ਪਿਆਰ ਕਰਦਾ ਮੈਂ। ਆਹ ਦੇਖ ਤੇਰੇ ਜਿਸਮ ਦੀ ਖੁਸ਼ਬੂ, ਹੁਣ ਇਦੋਂ ਉੱਤੇ ਮੈਂ ਪਿਆਰ ਕੀ ਸਾਬਤ ਕਰਾਂ? ਬਸ ਕਿਪੂ ਤੂੰ ਭੱਗ ਜਾ, ਮੈਂ ਤੈਨੂੰ ਕਹਿਤਾ ਵੀ ਡੈਡੀ ਆਉਣ ਵਾਲਾ ਕਾ ਘਰੇ, ਤੂੰ ਭੱਗ ਜਾ, ਐਵੇਂ ਇੱਥੇ ਮੈਂ ਰੌਲਾ ਪਾ ਦੇਣਾਗਾ ਦੇਖ ਲਈ। ਕੋਈ ਨੀ ਘਰੇ ਹੈਗਾ, ਰੌਲਾ ਪਾ ਨਾ ਪਾ, ਅੱਜ ਨੀ ਤੈਨੂੰ ਛੱਡਦਾ। ਕਿਪੂ ਨਹੀਂ, ਮੈਂ ਕਿਹਾ ਤੂੰ ਭੱਗ ਜਾ, ਤੂੰ ਮੇਰੇ ਨੇੜੇ ਨਾ। ਅੱਜ ਨੀ ਤੈਨੂੰ ਛੱਡਦਾ, ਕਿੰਨਾ ਮਰਜ਼ੀ ਰੌਲਾ ਪਾ। ਕਿਪੂ ਨਹੀਂ, ਮੈਨੂੰ ਨੀ ਪਤਾ ਹੈਗਾ, ਜ਼ਬਰਦਸਤੀ ਨਾ ਕਰ ਮੈਂ ਨਾ, ਤੂੰ ਮੈਨੂੰ ਛੱਡ ਦੇ, ਠੀਕ ਆ? ਮੈਂ ਨੀ ਛੱਡਦਾ, ਛੱਡ ਦੇ ਕਿਪੂ, ਛੱਡਦਾ ਮੈਂ ਤੈਨੂੰ। ਕਿਪੂ ਮੈਨੂੰ ਨੀ ਪਤਾ, ਤੂੰ ਮੈਨੂੰ ਛੱਡ ਦੇ, ਠੀਕ ਆ ਨਾ? ਮਸਾਂ ਹੱਥ ਲੱਗੀ ਅੱਜ ਨੀ ਕਰੇ, ਧੱਕਾ ਕਰ ਦਿਆਂਗਾ ਮੇਰੇ ਨਾਲ, ਛੱਡ ਦੇ ਤੂੰ। ਓਹੋ, ਮਸਾਂ ਜਾਨ ਬਚਾਈ ਹੈ ਤੋ ਤਾਂ ਮੈਂ ਕੀ ਕਰਾਂ ਇਹਦਾ, ਲੈ ਇਹਦਾ ਮੇਰੇ ਸੂਟਾਂ ਦੀ ਵਾਸ਼ਨਾ ਲੈ ਲਈ ਗਰਮ ਹੋਈ ਜਾਂਦਾ ਗਾ, ਪਤਾ ਨਹੀਂ ਇਹਦੇ ਅੰਦਰ ਕੀ ਅੱਗ ਬਲਦੀ ਆ, ਉਹ ਭਾਂਬੜੀ ਉੱਠੀ ਜਾਂਦੇ ਆ, ਜਦੋਂ ਦੇਖ ਲੈਂਦਾ ਮੈਨੂੰ ਕੱਲੀ ਨੂੰ ਘਰੇ ਵੀ ਹੈ ਹੀ ਨੀ ਕੋਈ, ਉਹਦੇ ਘਰੇ ਆ ਜਾਂਦਾ, ਜਿਹੜੇ ਕਮਰੇ ਚ ਹੋਵਾਂ ਉਸੇ ਕਮਰੇ ਚ ਆ ਜਾਓ, ਕੀ ਕਰਾਂ ਮੈਂ ਇਹਦਾ? ਫਿਰ ਕੀ ਹੋ ਗਿਆ ਜੇ ਅਸੀਂ ਇਸ ਪਿੰਡ ਦੇ ਨਹੀਂ ਹੈਗੇ, ਇਹ ਥੋੜੀ ਆ ਗਵੇ ਫਿਰ ਮੇਰੇ ਨਾਲ ਇੱਦਾਂ ਕਰੂਗਾ ਇਹ, ਪਹਿਲਾਂ ਤਾਂ ਮੈਨੂੰ ਨਾ ਸੂਟ ਜੇ ਚੱਕ ਕੇ ਆਪਦੇ ਕਿਧਰੇ ਲੁਕਾਉਣੇ ਪੈਣਗੇ, ਜਦੋਂ ਆਊ ਚੁੰਨੀ ਚੱਕ ਲਈ ਤਾਂ ਉਹਦੀ ਵਾਸ਼ਨਾ, ਸੂਟ ਚੱਕ ਲਿਆ ਤਾਂ ਉਹਦੀ ਵਾਸ਼ਨਾ, ਪਤਾ ਨੀ ਇਹਦੇ ਕੀ ਭਾਂਬੜ ਮੱਚਦੇ ਰਹਿੰਦੇ ਹੈਗੇ, ਮਸਾਂ ਜਾਨ ਬਚਾਈ ਲੈ ਇਹਦੇ ਹੇਹਾ ਉੱਠਦਾ ਗਾ, ਪਤਾ ਨੀ ਕੀ ਇਹਦੇ ਲੈ ਅੰਦਰ ਅੱਗ ਬਲਦੀ ਹੈਗੀ, ਮੈਨੂੰ ਤਾਂ ਲੱਗਦਾ ਇਹਦੇ ਅੰਦਰ ਨਾ ਬਰਫ਼ ਦੀ ਛਿੱਲੀ ਹੋਈ ਤੱਕਣੀ ਪੈਣੀ ਹੈਗੀ, ਜਿਹੜਾ ਠਰ ਜੇ ਅੰਦਰੋਂ ਇਹ, ਪਤਾ ਨੀ ਕੀ ਅੱਗ ਬਲੀ ਜਾਂਦੀ ਹੈਗੀ ਇਹਦੇ ਅੰਦਰ ਇੰਨੀ। ਮੈਂ ਤਾਂ ਲੋਕ ਹੀ ਲਾ ਦਿੰਦੀ ਹੈਗੀ, ਉਹਦਾ ਤਾਂ ਪਤਾ ਨੀ ਕੀ ਉਹਦੇ ਅੰਦਰ ਅੱਗ ਬਲਦੀ ਹੈ ਕਿ ਪਤਾ ਨੀ, ਉਹ ਤਾਂ ਜਦੋਂ ਵੀ ਆਊਗਾ ਆਏ ਮੇਰੇ ਕੱਪੜੇ ਸੀ ਕੇ ਪੈੜਾਂ ਸੁੰਗ ਸੁੰਗ ਕੇ ਜਿਹੜੇ ਕਮਰੇ ਚ ਹੋਊਗੀ, ਮਾਂ ਵੀ ਕਮਰੇ ਚ ਜਾਂਦਾ ਪਤਾ ਨੀ ਮੇਰੇ ਤੋਂ ਕੀ ਭਾਲਦਾ ਉਹ, ਮੈਂ ਤਾਂ ਜਦੋਂ ਵੀ
ਕਿਸੇ ਕਮਰੇ ਚ ਲੁਕ ਜਾਵੇ, ਜਦੋਂ ਉਹਨੂੰ ਦੇਖ ਲਾ ਪਤਾ ਨੀ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਉਹਨੂੰ ਵਾਸ਼ਨਾ ਆ ਜਾਂਦੀ ਹੈਗੀ, ਉਸੇ ਕਮਰੇ ਚ ਮਾਂਗ ਰਹੀ ਜਾ ਫੜਦਾ ਤਾਂ ਮੇਰੇ ਅੱਛਾ ਤੇ ਹੋਰ ਹੁਣ ਤੁਸੀਂ ਤਾਂ ਹੁੰਦੇ ਨੀ ਗੇ ਘਰੇ। ਮੈਂ ਤਾਂ ਕਹਿੰਦਾ ਤੇ ਤੇਰਾ ਨਾ ਦਿਮਾਗ ਨੂੰ ਗੱਲ ਗਿਆ ਹੋਵੇ। ਮੇਰਾ ਦਿਮਾਗ ਕਾਹਨੂੰ ਭੱਲੇ, ਦਿਮਾਗ ਤਾਂ ਉਹਦਾ ਹੱਲਿਆ ਹੈਗਾ, ਮੈਂ ਤਾਂ ਜੰਦੇ ਲਾ ਕੇ ਰੱਖ ਦਿੰਦੀ ਹਾਂ। ਮੁੰਡਾ ਐਡਾ ਚੰਗਾ ਮੁੰਡਾ ਹੈਗਾ, ਤੁਹਾਨੂੰ ਲੱਗਦਾ ਚੰਗਾ? ਗੱਲ ਕੀ ਹੈ ਫਿਰ ਇਹ? ਲੈ ਮੈਨੂੰ ਪੁੱਛ ਜਾਓਗੇ ਗੱਲ ਕੀ ਹੈ, ਮੈਨੂੰ ਕੀ ਪਤਾ ਉਹ ਕੀ ਭਾਲਦਾ ਹੈਗਾ, ਤੁਸੀਂ ਪੁੱਛੋ ਨਾ ਕਿੱਥੇ ਘਰੇ ਕਿਉਂ ਆਉਂਦਾ ਹੈਗਾ। ਪੁੱਛਦਾ ਮੈਂ ਲਊਂਗਾ, ਤੁਸੀਂ ਵੀ ਮਾੜੀ ਮੋਟੀ ਬਿੜਕ ਲਓ ਵੀ ਭਾਈ ਤੂੰ ਐ ਕੀ ਮੰਗਰ ਮੰਗਰ ਕਿਉਂ ਫਿਰਦਾ ਰਹਿਣਾ ਅੰਦਰ ਜਿਹੜੇ ਕਮਰੇ ਚ ਵੜ ਜਾ ਫਿਰ ਵੀ ਉਹ ਮਾਗਰ ਪੈੜਾਂ ਸੁੰਘ ਸੁੰਘ ਆ ਜਾਂਦਾ ਗਾ, ਜਿੱਥੇ ਮੇਰੇ ਕੱਪੜੇ ਪਏ ਹੋਣਗੇ ਪਤਾ ਨੀ ਕੀ ਕੱਪੜਿਆਂ ਚੋਂ ਭਾਲਦਾ, ਐ ਝੋਟੇ ਵਾਂਗੂ ਨਾਸਾਂ ਨੂੰ ਲਾ ਲਾ ਸੁੰਘ ਜਾਂਦਾ ਰਹਿੰਦਾ ਕੱਪੜਿਆਂ ਨੂੰ ਵੀ। ਅੱਛਾ ਫਿਰ ਬੰਦਾ ਦੇਖਦਾ, ਚੱਲ ਮੈਂ ਪੁੱਛਦਾ ਫਿਰ। ਬਹੁਤ ਚੰਗਾ ਗਾ, ਮੇਰੇ ਤਾਂ ਕੰਮ ਧੰਦੇ ਦਾ ਹੀਰੇ ਵਰਗਾ ਮੁੰਡਾ ਗਾ, ਕਿਤੇ ਉਹਨਾਂ ਕੁੜੀ ਨੂੰ ਕਾਫੀ ਦਾ ਸ਼ੱਕ ਹੋ ਗਿਆ ਮੇਰੇ ਵਰੀ, ਤਾਈਓ ਨਾ ਕਹਿੰਦੀ ਹੋਵੇ ਵੀ ਆਪੇ ਉਹਨੂੰ ਪਰੇ ਪੁਰੇ ਤੋਰ ਦੂਆ। ਮੈਂ ਬੜਾ ਪੰਗਾ ਮੁੰਡਾ ਹੈ, ਤੈਨੂੰ ਜਵਾਕ ਹੀ ਨੀ ਉਹ ਕਮਾਲ ਕਰਤੀ ਯਾਰ। ਲੈ ਹੁਣ ਦੇਖ ਕੇ ਆਈਏ ਇੱਕ ਗੇੜਾ ਹੋਰ ਮਾਰ ਕੇ ਆਈਏ, ਲੱਗਦਾ ਕੋਈ ਘਰੇ ਆ ਖੜਿਆ ਯਾਰ, ਕੀ ਗੇੜਾ ਮਾਰਨ ਦੇਊਗਾ। ਓਹੋ ਉਹ ਕਿਵੇਂ ਆ? ਠੀਕ ਆ ਠੀਕ ਆ। ਕਿਵੇਂ ਬਾਲੇ ਗੇੜੇ ਮਾਰਨ ਲੱਗ ਗਿਆ ਤੂੰ ਕੁੜੀ ਕੋਲੇ? ਕਿਵੇਂ ਕੁੜੀ ਕੋਲੇ ਬਾਲੇ ਗੇੜੇ ਜੇ ਮਾਰਨ ਲੱਗ ਗਿਆ? ਮੈਂ ਕਦੋਂ ਗੇੜੇ ਮਾਰਦਾ? ਕਿਆ ਮੈਂ ਤਾਂ ਤੇਰੇ ਹੀ ਢਾਂਚਾ ਕਰਾਉਣਾ ਫਿੱਟ ਫਰਦਾ। ਕਿਵੇਂ 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 ਤੂੰ ਘਰੇ ਕੋਲੇ ਤਾਂ ਖੜਦਾ ਨੀ ਗਾ, ਮੈਂ ਤੈਨੂੰ ਕੀ ਗੱਲ ਦੱਸਾਂ? ਦੱਸ ਹੁਣ ਦੱਸ। ਮੈਂ ਤੁਹਾਡੀ ਕੁੜੀ ਕੋਲੇ ਨੀ ਆਉਂਦਾ। ਹਾਂ ਉਹ ਜਿਹੜੀ ਤੂੰ ਜਨਾਨੀ ਕਿਹਾ ਸੀ ਵੀ ਕਰਾ ਦੇ ਫਿੱਟ, ਹੁੰਦਾ ਕੋਈ ਫਿੱਟ? ਉਸੇ ਦੀ ਮੇਰੀ ਗੱਲ ਸੁਣ। ਮੈਂ ਉਹਨੂੰ ਉਹ ਕਹਿੰਦੀ ਨਿਲ ਤਾਂ ਮੈਨੂੰ ਘਰ ਦਿਖਾ, ਨਾਲ ਮੈਨੂੰ ਬੰਦਾ ਦਿਖਾ। ਉਹਨੂੰ ਮੈਂ ਪੱਕਾ ਕਰਾਇਆ ਸੀਗਾ, ਦਿਖਾਉਂਦਾ ਸੀ ਮੈਂ ਕਿਹਾ ਬੰਦਾ ਤਾਂ ਪੂਰਾ ਤੈਅ ਕੱਢਾ ਹੀ ਆ ਸਾਰਾ ਹੀ ਆ। ਮੈਂ ਕਿਹਾ ਮੈਂ ਘਰੇ ਜਾ ਕੇ ਦੇਖਿਆ ਉਹ ਤੁਹਾਡੀ ਕੁੜੀ ਜੀ ਵਿਚਾਲੇ ਫੰਨ ਆੜ ਜਾਂਦੀ ਆ। ਇੱਕ ਤੂੰ ਨੀ ਘਰੇ ਖੜਦਾ, ਜੇ ਤੂੰ ਘਰੇ ਖੜੇ ਉਹਦੇ ਮਾਂਗਰ ਪੈਣਾ ਪਊ ਮੈਨੂੰ। ਤੂੰ ਕਹਿ ਦੇ ਨਾ ਕੁੜੀ ਕੋਲੇ ਵਗ ਜਾਂਦਾ, ਜਦੋਂ ਹੁੰਦੀ ਉਹ ਕੁੜੀ ਇਕੱਲੇ ਆ, ਮੈਂ ਤਾਂ ਤੇਰੇ ਕੋਲੇ ਜਾਂਦਾ ਗਾ। ਫਿਰ ਮੈਂ ਘਰੇ ਨੀ ਨਾ ਹੁੰਦਾ, ਹੁਣ ਤਾਂ ਜਮਾਨਾ ਨਿਊਜ਼ਲਾਂ ਨਿਊਜ਼ਲਾਂ ਬੰਦ ਹੋ ਰਹੀਆਂ ਸਾਰਾ ਕੁਛ, ਬਹੁਤ ਟਾਈਮ ਕਰਦੇ ਹੱਲ ਕੋਈ ਕੋਈ ਨਾ, ਬਾਹਲੇ ਸਾਲ ਹੋ ਗਏ। ਹੁਣ ਤਾਂ ਉਹਦੇ ਅਗਣ ਨੂੰ ਤੇਲ ਰੋਕਿਆ ਪਿਆ ਸਾਰਾ ਚਾਲ ਫਿਰ ਪਤਾ ਰੋਕ ਜਾਂਦਾ ਜਦੋਂ ਚੱਲੇ ਨਾ ਗੱਡੀ, ਹੋਰ ਕੱਢਣਾ ਸਾਰਾ ਇਕੱਠਾ ਹੀ ਖੜੀ ਪਈ ਆ ਗੱਡੀ ਆ। ਹੋਰ ਹੁਣ ਉਹ ਯਾਰ ਤੁਹਾਡੀ ਕੁੜੀ ਜੀ ਉਹਨੂੰ ਮਾੜਾ ਮੋਟਾ ਕਹਿ ਦਿਆ ਕਰ ਇੱਧਰ ਉੱਧਰ ਹੋ ਜਾਇਆ ਪਲੈਂਜਰ ਬੰਦ ਹੋਵੇ, ਉਹ ਤਾਂ ਮੈਂ ਕਹਿ ਦੂ ਉਹਨੂੰ। ਚੱਲ ਕੋਈ ਨੀ ਬਾਈ, ਮੈਂ ਉਹਦਾ ਹੱਲ ਤਾਂ ਹੀ ਕਰਿਆ ਸੀਗਾ, ਮੈਂ ਕਿਹਾ ਨਾਲੇ ਬੰਦਾ ਦੇਖਾ ਉਹੀ ਤੇਰੀਆਂ ਨਵਜਲ ਨੂਜਲਾਂ ਸਾਰੀਆਂ ਖੋਲ ਦੂਗੀ। ਠੀਕ ਹੈ ਫਿਰ ਆਪਣੇ ਕੋਲ ਬੰਦਾ ਹੈਗਾ ਗਾ ਨਵਜਲਾਂ ਤੇਰੇ ਸਾਰੇ ਕੱਢ ਦਾਂਗੇ। ਵਧੀਆ ਹੋਵੇ ਵਧੀਆ ਜਮਾ ਸਿਰ, ਤੂੰ ਉਹਦੀਆਂ ਸਿਫਤਾਂ ਕਰਕੇ ਨੀ ਥੱਕਣਾ।
ਜਨਾਨੀ ਗੁਜਰੀ ਨੂੰ ਬਾਲਾ ਚਿਰ ਹੋ ਗਿਆ ਕਰ ਨੀ ਸਕਦੀ ਸਾਬਰ, ਬੰਦਾ ਫੇਰ ਵੀ ਸਾਬਰ ਕਰ ਲੈਂਦਾ, ਮੈਂ ਇੰਨੇ ਸਾਲ ਹੋ ਗਏ ਸਾਬਰ ਕਰੇ ਨੂੰ, ਹੁਣ ਤਾਂ ਹੱਦੋਂ ਬਾਹਰ ਹੋ ਗਿਆ, ਹੁਣ ਤਾਂ ਬਸ ਜਮਾ ਗੱਡੇ ਐ ਲੱਗਦਾ ਕਿਹੜੇ ਵੇਲੇ ਕੀ ਕਰਦੇ ਗੇ। ਕੋਈ ਨਾ ਕੋਈ ਨਾ ਕੱਲਾੜਾ ਤੋੜਦੀ ਦੂਰ ਮੇਦੋਲਾ ਦਾ ਝੋਟਾ ਪਿਸਰਿਆ ਫਿਰਦਾ ਗਾ, ਪਿਸ ਨਾਲਾ ਗੰਮੀ ਆ ਕੱਲਾੜਾ ਤੜਾ ਜੇ ਇਹੀ ਤੇ ਖੜਦੇ ਫੇਰ ਇਹਦਾ ਵੀ ਜਰਾ ਇਹਨੂੰ ਨਾ ਫੜ ਲੈਂਦੇ ਨਾਲਾ ਦਾ ਇਹ ਦੇ ਕੰਮ ਨਹੀਂ ਪਿੰਡ ਚ ਇੱਜ਼ਤ ਵਿਗੜਦੀ ਆ। ਕੋਈ ਨਾ ਜਦੋਂ ਮੈਂ ਤੈਨੂੰ ਹੈਗਾ ਆ ਤੇਰੇ ਕੋਲੇ ਡਰਨ ਦੀ ਲੋੜ ਨੀ, ਤੂੰ ਤਾਂ ਸਮਾਂ ਦੀ ਮੈਨੂੰ ਕਹਿਣ ਲੱਗ ਗਿਆ ਕਹਿੰਦਾ ਕੁੜੀ ਕੋਲੇ ਕਿਵੇਂ ਗੇੜੇ ਮਾਰ, ਮੈਨੂੰ ਫਿਰ ਕੀ ਪਤਾ ਉਹ ਕਹਿੰਦੀ ਪਾਪਾ ਬਿੰਦਕ ਤੋਂ ਆਇਆ ਬਿੰਦਕ, ਤੂੰ ਤਾਂ ਫਿਰ ਮੈਂ ਤੇਰੇ ਕੋਲੇ ਆਉਣੀ ਆ, ਇੱਕ ਦੂਜੇ ਫੋਨ ਚੱਕੇ ਤਾਂ ਨੀ, ਫੋਨ ਨੀ ਚੱਕਦਾ ਤੂੰ, ਉਹ ਪਤਾ ਹੀ ਨਹੀਂ ਲੱਗਦਾ ਇਹਦਾ ਬੰਦ ਬੰਦ ਹੋ ਰਹੀ ਆ। ਹੁਣ ਜਦੋਂ ਉਹਨੇ ਨੰਬਰ ਦੇ ਦੂ ਤਾਂ ਫਿਰ ਉਦੋਂ ਰੱਖਿਆ ਕਰੇਗਾ 24 ਘੰਟੇ ਫਿਰ ਤਾਂ ਦਿਮਾਗ ਚ ਰਹਿੰਦੀ ਆ ਉਹ ਆ ਬੰਦ ਹੋ ਜਾਂਦੀ ਇਹਦੀ ਕੀ ਬਾਈ ਜਿੰਦੀ ਆ ਵਾਇਬ੍ਰੇਸ਼ਨ ਲੱਗ ਜਾਂਦਾ। ਅੱਛਾ ਉਹ ਪਤਾ ਨਹੀਂ ਲੱਗਦਾ ਉਹ, ਬਸ ਹੁਣ ਤੂੰ ਸੈਟਰ ਰਹੀ ਮੈਂ ਦਿਖਾਉਂ ਇੱਕ ਅੱਧੇ ਚ ਕੁੜੀ ਨੂੰ ਆਸੇ ਪਾਸੇ ਕਰਦੀ, ਜੇ ਲੋਟ ਆਇਆ ਚਾਹ ਪਾਣੀ ਨਹੀਂ ਕੁੜੀ ਨੂੰ ਭੇਜਦੀ ਕਿਸੇ ਪਾਸੇ ਉਹ, ਜਾਂ ਮੈਂ ਉਹਨੂੰ ਘੁਮਾਉਣ ਘੁਮਾਉਣ ਲੈ ਜਾਊਗਾ। ਮੈਂ ਕੀ ਕਰੂੰਗਾ ਉਹ ਬੰਦੇ ਨੂੰ ਲਿਆ ਕੇ ਉਹ ਬੁੜੀ ਜੀ ਨੂੰ ਛੱਡ ਦੂ ਤੇਰੇ ਕੋਲੇ, ਤੂੰ ਕਹਿੰਦੇ ਆ ਜਾ ਚਾਹ ਪਾਣੀ ਪਿਆਉਣੇ ਆ ਤੈਨੂੰ, ਠੀਕ ਹੈ ਮੈਂ ਉਹਨੂੰ ਲੈ ਜਾਊਗਾ ਘੁਮਾਉਣ। ਮੈਂ ਬਹਾਨੇ ਨਾਲ ਕਹਿ ਦੂੰ ਬੇ ਨਿੱਥੇ ਰਹਿਣ ਨੂੰ, ਕਹਿੰਦੀ ਇਹਦਾ ਘਰ ਘਰ ਦੇਖਣਾ ਹੀ ਆ, ਤੂੰ ਕਹਿੰਦੇ ਆ ਜਾ ਤੈਨੂੰ ਘਰ ਦਿਖਾਵਾਂ ਮੈਂ, ਗੱਲਾਂ ਕਰੀਏ ਬਸ, ਇਸ ਤੋਂ ਬਾਅਦ ਤੂੰ ਕੁਛ ਕਰਨਾ ਹੋਇਆ ਜਿਹੜਾ ਕੁਛ ਕਰਨਾ ਹੋਇਆ ਉਹ ਕਰ ਲਈ, ਉਹ ਤਾਂ ਕਰ ਲਾਂਗੇ ਕਿ ਰਾਮ ਆਵੇ ਤਾਂ ਸਹੀ। ਬਸ ਇੱਥੇ ਮਾਰਿਆ ਮੈਂ ਹੁਣ, ਮੈਂ ਮਾੜਾ ਜਿਹਾ ਇੱਧਰ ਜਾਣਨਾ ਚਾਹੁੰਗਾ, ਮੈਂ ਤਾਂ ਤੇਰੇ ਕੋਲ ਹੀ ਆਇਆ ਸੀ ਹੁਣ। ਕੋਈ ਗੱਲ ਨੀ ਆਇਆ ਤਾਂ ਤੈਨੂੰ ਮੈਂ ਹੀ ਨੀ ਕਹਿੰਦਾ, ਮੈਂ ਤਾਂ ਤੇਰਾ ਪੁੰਨ ਖੱਟ ਕੇ ਜਾਊਂਗਾ, ਮੈਂ ਤੈਨੂੰ ਸਿੱਧੀ ਗੱਲ ਦੱਸਾਂ, ਹੁਣ ਤੇਰੇ ਕੋਲ ਹੀ ਗੱਲ ਕਰੀਏ, ਹੋਰ ਕੋਲੇ ਪਕਾ ਸੀ ਬਸ ਤੇਰਾ ਕੰਮ ਬਣਾਵਾਂਗੇ। ਆ ਜਿਹੜਾ ਤੂੰ ਕਹਿੰਦਾ ਗਲੀਸ ਗਲੂਸ ਜੀ ਇਹ ਤਾਂ ਬਸ ਦੋ ਦਿਨਾਂ 'ਚ ਸਮਝ ਦੂ ਚੱਕ ਤੇ, ਫੇਰ ਹੀ ਡੋਟ ਆਊ। ਚੰਗਾ ਮੈਂ ਚੱਲਦਾ। ਚੱਲ ਠੀਕ ਹੈ ਫਿਰ, ਬੜਾ ਬੰਦਾ ਵਾ ਖੌਰ, ਇਹ ਹੱਲ ਕਰੂ ਆਪਣਾ, ਮੈਂ ਇਹ ਕਰੂਗਾ ਹੱਲ, ਹੋਰ ਨਹੀਂ ਕੋਈ ਕਰ ਸਕਦਾ। ਯਾਰ ਇਹ ਕਿਵੇਂ ਕਹਿਣ ਲੱਗਾ ਸਾਡੀ ਕੁੜੀ ਕੋਲ ਗੇੜੇ ਮਾਰ ਦਾਂਗਾ, ਕਦੇ ਉਹਨੇ ਤਾਂ ਨਹੀਂ ਦੱਸਦਾ, ਸਾਬੂ ਸੁਬੂ ਹੀ ਨੇ ਉਹਦੇ, ਕੰਨ ਖਿੱਚਣੇ ਪੈਣਗੇ। ਮੈਂ ਤਾਂ ਪਿਆਰ ਨਾਲ ਮਨਾਉਣ ਨੂੰ ਫਿਰਦਾਂਗਾ ਫਿਰਦਾਂਗਾ ਵੀ ਆਜੋ ਹੱਥ ਆਜੋ ਹੱਥ, ਉਹ ਜਿਹੜੇ ਪਿਓ ਨੂੰ ਦੱਸਣ ਲੱਗ ਰਹੀ ਹੈ। ਕੋਈ ਨਾ ਅੱਜ ਨੀ ਗੱਲ, ਪਿਆਰ ਨਾਲ ਪਿਆਰ ਨਾਲ ਹੀ ਹੁੰਦੀ ਹੈ, ਧੱਕੇ ਨਾਲ ਯਾਰ ਸੁਭਾਅ ਜਾਊਂਦਾ ਨੀ, ਧੱਕਾ ਤਾਂ ਮੈਂ ਦੁੱਖ ਜਿਹਾ ਪਹੁੰਚਾਉਂਦਾ ਗਾ। ਉਹ ਆ ਗਈ ਲੱਗਦਾ, ਅੱਜ ਤਾਂ ਤੈਨੂੰ ਚੰਗੇ ਹੀ ਚੜਿਆ ਗਾ ਪੁੱਛਦੇ ਆਏ ਤੋਂ। ਖੜ ਜਾਓ ਜੀ, ਕਿਵੇਂ ਆ ਸੋਹਣੇ ਹੋ? ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਮੇਰਾ ਰਸਤਾ ਰੋਕਿਆ ਨਾ ਕਰ। ਉਹ ਤਾਂ ਫਿਰ ਮੈਂ ਰੋਕੂਗੀ, ਤੂੰ ਐਂ ਦੱਸ ਅੱਜ ਘਰੇ ਇਕੱਲੀ ਆ, ਕੋਈ ਹੈ ਹੂ ਤਾਂ ਨੀ ਹੈਗਾ? ਤੂੰ ਮੇਰੇ ਤੋਂ ਕੀ ਕਰਾਉਣਾ ਇਕੱਲੀ ਤੋਂ, ਪਹਿਲਾਂ ਮੈਨੂੰ ਐਂ ਦੱਸ। ਤੈਨੂੰ ਪਤਾ ਹੀ ਆ ਹੁਣ ਤੂੰ ਮੈਥੋਂ ਫਿਰ ਬਾਰ ਬਾਰ ਪੁੱਛ ਕੇ ਕੀ ਕਰਾਉਣਾ, ਤੇਰੀ ਇਕੱਲੀ ਕੋਲ ਮੈਂ ਕਾਹਤੋਂ ਆਉਂਗਾ। ਜਿਹੜੇ ਰਸਤੇ ਤੂੰ ਘੇਰਦਾ ਨਾ, ਇਹ ਰਸਤਿਆਂ ਵਿੱਚ ਦੀ ਤਾਂ ਮੈਂ ਬਹੁਤ ਵਾਰੀ ਟੱਪ ਚੁੱਕੀ ਹਾਂ। ਉਹ ਫਿਰ ਇੱਕ ਵਾਰੀ ਹੋਰ ਟੱਪ ਜੀ ਕੀ ਹੋ ਜਾਊਗਾ? ਜੇ ਤੂੰ ਆਪਦੀਆਂ ਹਰਕਤਾਂ ਤੋਂ ਬਾਜ਼ ਨਾ ਆਣਾ, ਮੈਂ ਆਪਦੇ ਡੈਡੀ ਨੂੰ ਦੱਸੂਗੀ, ਦੇਖ ਲਈ ਘਰੇ ਦੱਸ ਲੈਣਾ ਤੁਹਾਨੂੰ। ਮੈਂ ਕੀ ਦੱਸਾਂ ਡੈਡੀ ਦਾ ਵੀ, ਡੈਡੀ ਨੂੰ ਤੂੰ ਕੀ ਦੱਸ ਦੇਂਗੀ? ਉਹ ਤਾਂ ਮੇਰੀ ਗੱਲ ਹੀ ਮੰਨਦਾ, ਤੇਰੀ ਕਿਉਂ ਮੰਨੂਗਾ? ਨਾਲੇ ਕੀ ਆਹ ਜਿਹੜੀ ਤੁਸੀਂ ਘਰੇ ਰਹਿ ਰਹੇ ਹੋ, ਤੁਹਾਡੇ ਸਿਰ ਤੇ ਮੈਂ ਹੀ ਛਾਂ ਕੀਤੀ ਹੋਈ ਹੈ। ਨਾਲੇ ਮੈਂ ਤਾਂ ਆਖਿਆ ਪੁੰਨ ਲੱਗ ਜੂ, ਚੱਲ ਪੁੰਨ ਲੱਗ ਜੂਗਾ,
ਤੂੰ ਤਾਂ ਮਾੜਾ ਮੋਟਾ ਦੇਖਦੀ ਨੀ ਇੱਧਰ ਉੱਧਰ। ਅੱਛਾ, ਜਿਹੜੀ ਮੇਰੇ ਸਿਰ ਤੇ ਛਾਂ ਗਈ ਉਹ ਤੂੰ ਪੁੰਨ ਕੀਤੀ ਹੋਈ ਆ, ਫਿਰ ਨਾਲੇ ਪੁੰਨ ਕਰਿਆ ਨਾਲੇ ਫਲੀਆਂ ਪਾਲਦਾ। ਉਹ ਜੇ ਫਲੀਆਂ ਖਾ ਲਾਂਗੇ ਫੇਰ ਕੀ ਹੋ ਜਾਊਗਾ, ਨਾਲੇ ਕਹਿੰਦੇ ਨੀ ਹੁੰਦੇ ਜੇ ਪੁੰਨ ਕਰਾਂਗੇ ਤੇਰਾ ਉਹ ਕਰਦਾ ਹੁੰਦਾ ਫਲ ਮਿਲਦਾ ਹੁੰਦਾ, ਤੂੰ ਦੇ ਮਾੜਾ ਮੋਟਾ ਫਿਰ ਫਲ ਫੁਲ। ਕਿਉਂ ਦੇ ਮਾਂ, ਕੀ ਸੋਚ ਕੇ ਕਹਿ ਰਿਹਾ ਗਾ ਇਹ? ਉਹ ਦੇ ਯਾਰ ਫਿਰ ਬਸ, ਪੁੰਨ ਵੀ ਕੀਤਾ ਗਾ ਪੁੰਨ ਦਾ ਫਲ ਤਾਂ ਮਿਲਣੀ ਚਾਹੀਦਾ। ਪੁੰਨ ਦਾ ਫਲ ਐ ਨੀ ਮਿਲਦਾ ਹੁੰਦਾ ਜਿਵੇਂ ਤੂੰ ਭਾਲ ਰਹੇਗਾ। ਹੋਰ ਕਿਵੇਂ ਮਿਲੂਗਾ, ਮੈਂ ਤਾਂ ਯਾਰ ਤੇਰਾ ਖੜਾ ਛੱਡਦਾ ਹੀ ਨੀ। ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ, ਬਹੁਤ ਹਿੰਦੀ ਬੰਦਾ ਮੈਂ ਵੀ, ਅੱਜ ਨਹੀਂ ਤਾਂ ਕੱਲ ਤੂੰ ਪਿਆਰ ਚ ਪਾਵੇਂ ਹੀ ਮੇਰੇ। ਮੈਂ ਯਾਰ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ, ਮੈਂ ਪਿਆਰ ਨਾਲ ਚੱਲੇ ਗੱਡੀ ਤਾਂ ਵਧੀਆ ਗਾ। ਇਹ ਜ਼ਬਰਦਸਤੀ ਆ, ਹੋਰ ਕੀ ਆ? ਮੇਰੇ ਛਾਂ ਕਰਤੀ ਤਾਂ ਪੁੰਨ ਨਾਲ, ਇੱਕ ਪਾਸੇ ਤੂੰ ਕਹੀ ਨਾਲ ਪੁੰਨ ਕਰਤਾ, ਤੈਨੂੰ ਪੁੰਨ ਕਹਿੰਦਾ ਸੀ, ਦੂਜੇ ਪਾਸੇ ਭਾਵਨਾ ਫਲੀਆਂ ਮੈਂ ਤੂੰ। ਫਿਰ ਕੀ ਹੋ ਜਾਂਦਾ, ਉਹਨਾਂ ਨੂੰ ਕੀ ਘਾਟਾ ਪੈਂਦਾ ਜੇ ਇੱਕ ਵਾਰੀ ਹੋਰ ਨਾਲ ਹੀ। ਜਦੋਂ ਮੇਰਾ ਮਨ ਹੀ ਨਹੀਂ ਹੈਗਾ, ਮੈਂ ਚਾਹੁੰਦੀ ਕੋਈ ਨਹੀਂ, ਫਿਰ ਕਿਉਂ ਬਾਰ ਬਾਰ ਉਹੀ ਰੱਟਾ ਲਾਈ ਰੱਖਿਆ ਤੂੰ? ਫਿਰ ਤੇਰਾ ਮਨ ਮੋਣ ਕਿਵੇਂ ਮੈਨੂੰ ਦੱਸ ਦੇ। ਮੈਨੂੰ ਜ਼ਰੂਰਤ ਨਹੀਂ, ਮਾੜਾ ਮੋਟਾ ਸੋਚ ਲਾ ਯਾਰ, ਐਂ ਕਾਹਤੋਂ ਕਰਦੀ ਆ? ਮੈਂ ਤਾਂ ਯਾਰ ਤੁਹਾਡਾ ਇੰਨਾ ਕਰਦਾ, ਜੇ ਤੂੰ ਮਾੜਾ ਮੋਟਾ ਕਰ ਲਏਗੀ ਮੇਰਾ ਕੀ ਹੋ ਜਾਊਗਾ? ਜਿਹੜੇ ਰਸਤਿਆਂ ਚ ਤੂੰ ਫਿਰਦਾ ਨਾ, ਇਹ ਰਸਤੇ ਤਾਂ ਮੈਂ ਲੰਘ ਚੁੱਕੀ ਆ। ਉਹ ਯਾਰ ਤੂੰ ਇੱਕੋ ਗੱਲ ਦੀ ਜਾ ਬਾਗ ਜਾ ਯਾਰ, ਕੋਈ ਨਾ ਫਿਰ ਤੈਨੂੰ ਫੜ ਕੇ ਤਾਂ ਹਟੂੰਗੀ ਮੈਂ। ਅਤੇ ਹੁਣ ਜਾਂਦੀ ਮੈਂ, ਫੜ ਲਾ ਫਿਰ, ਟੱਪ ਜਾ। ਕੋਈ ਨਾ, ਇੱਕ ਦਿਨ ਪਿਆਰ ਚ ਤਾਂ ਪਾਈ ਲੈਣਾ, ਧੱਕਾ ਨੀ ਕਰਨਾ, ਬਸ ਪਿਆਰ ਕਰਨਾ। ਬੜੀ ਸਰਾਜ ਐਕਸ਼ਨੀ ਵਾਲੇ ਕੱਬੇ ਲਾਉਂਦੀ ਆ, ਇਹਨਾਂ ਨੂੰ ਐਕਸ਼ਨ ਸਿੱਖਦੇ ਕਿੱਥੋਂ ਆ? ਰੰਗ ਹੀ ਬਾਹਲਾ ਗੋਰਾ, ਚਿੱਟੀ ਪਈ ਆ ਉਹ ਰੱਬਾ। ਆਹਾ, ਬਹੁਤ ਸੋਹਣੀ ਆ। ਤੇਰੇ ਧਾਨਣੇ ਵੀ ਧਾਨਣੇ ਆ, ਬਹੁਤ ਤਾਕੜੀਆਂ ਨੇ ਇਹ, ਜਿਹੜਾ ਇੰਨਾ ਕੁਛ ਉਹ ਕਰ ਲੈਂਦੀਆਂ, ਸਹਿ ਜਾਂਦੀਆਂ ਨੇ। ਅਮੈਰੀਕਾ ਵਾਲੇ ਤਾਂ ਭਾਵੇਂ ਜੋ ਅਮੈਰੀਕਾ ਅਮਰੀਕਾ ਕਿੱਥੋਂ ਆਈ ਜਾਂਦੀਆਂ ਨੇ ਏਦਾਂ ਦੀਆਂ, ਬਾਹਲੀ ਦੱਤੇ ਆ। ਡੈਡੀ ਹਜੇ ਸੁੱਤੇ ਹੀ ਪਿਆ, ਗੱਲ ਦੇਖ ਲੈ, ਮੈਂ ਤਾਂ ਕਦੋਂ ਦੀ ਜਾ ਕੇ ਵੀ ਬਾਹਰੋਂ ਮੁੜ ਕੇ ਆ ਗਈ, ਡੈਡੀ ਉੱਠੇ ਨੀ ਹੈਗੇ ਹਜੇ, ਤੁਸੀਂ ਤੂੰ ਇੱਥੇ? ਓਹੋ ਹਾਂ, ਮੈਂ ਤਾਂ ਅੱਟ ਪੈ ਗਿਆ ਸੀ ਇੱਥੇ, ਤੇ ਹਾਂ ਪੈ ਗਿਆ ਸੀ ਇੱਥੇ ਆ ਕੇ, ਤੈਨੂੰ ਜਮੀ ਨੀ ਸ਼ਰਮ ਸ਼ੰਗ ਆਉਂਦੀ ਮੈਨੂੰ ਤਾਂ ਲੱਗਦਾ, ਹਨਾ? ਇਹ ਜੋ ਸ਼ਰਮ ਸ਼ੰਗ ਵਾਲੀ ਕਿਹੜੀ ਗੱਲ ਆ ਵੀ, ਆਪਦਾ ਘਰ ਆ ਮੈਂ, ਆਪਦੇ ਘਰੀ ਪਿਆਗਾ। ਚੱਲ ਠੀਕ ਹੈ, ਜੇ ਤੇਰਾ ਘਰ, ਚੱਲ ਚੰਗਾ ਪੈ ਜਾ ਫਿਰ, ਬਹਿ ਜਾ ਇੱਥੇ, ਬਹਿ ਤਾਂ ਜਾ, ਇੱਕ ਮੈਂ ਤੇਰੇ ਨਾਲ ਗੱਲ ਕਰਨੀ ਸੀ, ਬਹਿ ਤਾਂ ਜਾ। ਮੇਰੇ ਨਾਲ ਕੀ ਗੱਲ ਕਰਨੀ ਹੈ ਤੂੰ? ਚੱਲ ਤੇਰਾ ਘਰ ਆ, ਮੈਂ ਮੰਨਦੀ ਹਾਂ ਕਿ ਕੋਈ ਗੱਲ ਨਹੀਂ, ਬਹਿ ਜਾ ਤੂੰ, ਪੈ ਜਾ ਮੈਂ ਉਧਰੋਂ ਕਮਰੇ ਚ ਵੱਗ ਗਈ। ਉਹ ਬਹਿ ਜਾ, ਮੈਂ ਤੁਹਾਡੇ ਨਾਲ ਗੱਲ ਕਰਨੀ ਆ ਯਾਰ, ਬਹਿ ਜਾ ਇੱਕ ਵਾਰ, ਫੇਰ ਕਰ ਲਈ ਗੱਲ। ਉਹ ਬਹਿ ਜਾ ਤੂੰ, ਚੰਗਾ ਦੱਸ, ਬਹਿ ਜਾ ਕੀ ਗੱਲ ਕਰਾਂਗੇ, ਫਸ ਜਾਂਦੀ ਤਾਂ ਇਸ ਨੂੰ ਆਉਂਦੀ ਬੋਲ। ਮੈਂ ਤਾਂ ਐਂ ਕਹਿੰਦਾ ਸੀ, ਮੈਂ ਤਾਂ ਟਿਊਸ਼ਨ ਲੈਣੀ ਸੀ ਤੇਰੇ ਕੋਲ। ਮੇਰੇ ਕੋਲੋਂ ਟਿਊਸ਼ਨ ਲੈਣੀ ਸੀ? ਮੈਂ ਕਿਹੜਾ ਕੋਈ ਬੀਐਡ ਕੀਤੀ ਹੋਈ ਕਿ ਜਿਹੜੀ ਮੇਰੇ ਕੋਲੋਂ ਟਿਊਸ਼ਨ ਲੈਣੀ ਆ? ਬੀਐਡ ਤਾਂ ਨਹੀਂ ਕੀਤੀ, ਉਹ ਵਿਆਹ, ਮੈਂ ਵਿਆਹ ਕਰਾਉਣਾਗਾ।
ਐਂ ਵੀ ਘਰ ਵਾਲੀ ਨੂੰ ਮਤਲਬ ਸੌਂਕ ਸੂੰਕ ਜੇ ਕੀ ਹੁੰਦੇ ਮਤਲਬ ਕਿਵੇਂ ਕਿਵੇਂ ਸਾਂਭਦੇ ਹੁੰਦੇ ਆ ਉਹੋ ਜਿਹਾ ਕੁਛ ਪੁੱਛਣਾ ਸੀਗਾ। ਫਿਰ ਮੈਂ ਕਿਹੜਾ ਵਿਆਹੀ ਹੋਈ ਹਾਂ? ਵਿਆਹੀ ਹੋਈ ਤਾਂ ਨਹੀਂ ਹੈਗੀ, ਇੱਕ ਕੁੜੀ ਤਾਂ ਹੈਗੀ ਆ, ਹੁਣ ਤੂੰ ਵਿਆਹ ਕਰਾਏਂਗੀ ਅਦਰਾ ਮਤਲਬ ਕੁੜੀ ਦੇ ਹਿਸਾਬ ਨਾਲ ਮੈਂਸ਼ਨ ਕਰਕੇ ਦੱਸ ਹੀ ਸਕਦੀ ਹਾਂ ਵੀ ਕੀ ਚੀਜ਼ਾਂ ਦਾ ਸ਼ੌਂਕ ਹੁੰਦਾ ਕੁੜੀਆਂ ਨੂੰ। ਫਿਰ ਜਿਹਦੇ ਨਾਲ ਤੂੰ ਵਿਆਹ ਕਰਵਾਉਣਾ ਉਸੇ ਨੂੰ ਪੁੱਛ ਲਈ, ਬਾਕੀ ਤੂੰ ਹਾਂ ਜੇ ਘਬਰਾਇਆ ਜਾ ਕਾ ਤਾਂ ਪਿਆਂਗਾ। ਕੁਛ ਨਹੀਂ ਘਬਰਾਇਆ ਤਾਂ ਮੈਂ ਉਹੀ ਪਿਆਂਗਾ। ਆ ਤੈਨੂੰ ਪਸੀਨਾ ਵੀ ਬਹੁਤ ਆ ਰਿਹਾ ਹੈਗਾ ਕਿ ਉਹੀ ਡਰ ਗਿਆ ਵੀ ਮੈਂ ਆ ਡਰ ਗਿਆ ਤੇ ਤੂੰ ਮਹਾ ਤੇ ਕੌਣ ਆ ਗਿਆ ਤੇ ਬੋਲੀ ਇੱਕ ਫੋਨ ਤੇ ਗੱਲਾਂ ਕਰੀ ਜਾਂਦੇ ਸੀ। ਵੀਡੀਓ ਦੇਖੀ ਜਾਂਦਾ ਸੀਗਾ। ਵੀਡੀਓ ਦੇਖੀ ਜਾਂਦਾ ਸੀ। ਚੱਲ ਉਹ ਤਾਂ ਤੂੰ ਵਿਆਹ ਕਰਵਾਉਣਾ ਤੈਨੂੰ ਪਤਾ ਹੋਣਾ ਚਾਹੀਦਾ, ਮੈਨੂੰ ਤਾਂ ਕੀ ਪਤਾ ਗਾ। ਦੱਸ ਦੇ ਯਾਰ ਐਂ ਕਾ ਤੂੰ ਕਰਦੇ ਹੋ, ਇਹਦੇ ਚ ਮੈਂ ਕੀ ਦੱਸ ਸਕਦੀ ਦੱਸ ਨੀ ਮੈਨੂੰ ਕੋਈ ਇਹੋ ਜਿਹੀ ਗੱਲ ਦਾ ਅੰਦਾਜ਼ੇ ਨੀ ਹੈਗਾ ਵੀ ਕਿੱਦਾਂ। ਫਿਰ ਐਂ ਦੱਸ ਦੇ ਤੈਨੂੰ ਕਿਹੋ ਜਿਹੇ ਮੁੰਡੇ ਪਸੰਦ ਆ। ਬਸ ਹੋ ਗਏ ਸ਼ੁਰੂ? ਮੈਂ ਹਜੇ ਤੱਕ ਸੋਚਿਆ ਹੀ ਨੀ ਹੈਗਾ ਵੀ ਮੈਨੂੰ ਕਿੱਦਾਂ ਦਾ ਮੁੰਡਾ ਪਸੰਦ ਹੈਗਾ। ਫਿਰ ਵੀ ਯਾਰ ਕੋਈ ਤਾਂ ਹੋਊਗੀ ਚੋਇਸ ਤੁਹਾਡੀ। ਨਹੀਂ ਨਹੀਂ ਉਧਰ ਆਵਾਜ਼ ਜਿਹੀ ਆਈ ਜਾਂਦੀ ਹੈਗੀ, ਮੈਂ ਮਾੜਾ ਜਿਹਾ ਆ ਗਈ ਦੇਖ ਕੇ ਤੇ ਫਿਰ ਉਹਨੇ ਦੱਸ ਦੇ ਐਂ ਕੰਮ ਕਰਦੀ ਆ। ਮੈਂ ਕੀ ਦੱਸਾਂ ਉਹ ਯਾਰ ਤੂੰ ਵੀ ਹੁਣ ਕੋਈ ਤਾਂ ਮੁੰਡਾ ਜਿਹਾ ਪਸੰਦ ਹੋਊਗੀ ਤੈਨੂੰ ਵੈਸੇ ਵੀ ਮੇਰੇ ਵਰਗਾ ਮਤਲਬ ਜਾਂ ਕਿਵੇਂ ਵੀ ਕੁਛ ਵੀ ਹੋਊਗੀ ਫਿਰ ਮੈਂ ਉਹ ਜਿਹਾ ਥੋੜਾ ਥੋੜਾ ਬਣਨ ਦੀ ਕੋਸ਼ਿਸ਼ ਕਰੂੰਗਾ ਵੀ ਤੈਨੂੰ ਖੋਰੇ ਪਸੰਦ ਹੀ ਆ ਜਾ। ਪਸੰਦ ਮੁੰਡਾ ਤਾਂ ਤੂੰ ਵੀ ਬਹੁਤ ਸੋਹਣਾ ਗਾ, ਕੋਈ ਇਹੋ ਜਿਹੀ ਗੱਲ ਨੀ ਹੈਗੀ ਹੈਂ। ਸੋਹਣੇ ਸੁਨੱਖਿਆਂ ਚ ਕੁਛ ਨੀ ਰੱਖਿਆ ਹੈਗਾ, ਰੰਗ ਚ ਕੁਛ ਨੀ ਰੱਖਿਆ। ਗੱਲ ਕਰ ਪਿਆਰ ਦੋਨੇ ਤਰਫਾ ਹੋਣਾ ਚਾਹੀਦਾ ਨਾ ਕਿ ਇੱਕ ਤਰਫਾ। ਪਰ ਮੈਂ ਕਰਦਾ ਹੈਗਾ ਇੱਕ ਤਰਫਾ ਪਿਆਰ ਕਿੰਨਾ ਕਿ ਤੇਰੇ ਕੋਲ ਹੀ ਹੈ। ਚੱਲ ਠੀਕ ਆ, ਬਸ ਹੁਣ ਮੇਰਾ ਨਾ ਮੂਡ ਨਹੀਂ ਹੈਗਾ ਗੱਲਾਂ ਕਰਨ ਦਾ। ਚਲੋ ਮੇਰੇ ਤਾਂ ਕੰਮ ਪਏ ਆ ਤੇ ਮੈਂ ਬਾਹਰ ਕੰਮ ਕਰ ਦਿੰਦਾ। ਠੀਕ ਹੈ ਤੂੰ ਬਹਿ ਜਾ। ਚਲ ਤਾਂ ਕਹਿੰਦੀ ਤੂੰ ਵੀ ਸੋਹਣਾ ਹੈ ਤੇ ਹਿਸਾਬ ਨਾਲ ਵੀ ਹੁਣ ਥੋੜੀ ਲੈਣ ਤੇ ਚੜ੍ਹਦੀ ਜਾਂਦੀ ਹੈ ਕਹਿੰਦੀ ਕੋਈ ਨਾ ਚੱਕੀ ਸੇਤੀ ਪਿੱਛਾਂਗੇ। ਬਸ ਇਸ ਤੋਂ ਬਾਅਦ ਹੌਲੀ ਹੌਲੀ ਪਿਆਰ ਦੀਆਂ ਗੱਲਾਂ ਕਰਕੇ ਮਨਾਈ ਲਊ। ਚੱਲ ਉਹ ਤਾਂ ਆਪਦਾ ਕੰਮ ਨਿਬੜ ਜੂਗਾ, ਮੈਨੂੰ ਤਾਂ ਕੋਈ ਗੱਲ ਹੀ ਨਹੀਂ ਆਉਣੀ। ਤੋਂ ਆ ਕੇ ਵੇਖੀ ਮੈਂ ਤਾਂ ਇਹਨੂੰ ਮਸਾਂ ਬਾਹਰ ਭੇਜਿਆ ਸੀ ਪਾਲੇ ਦਾ ਮਸਾਂ, ਉਹ ਕਹਿੰਦਾ ਗਲੀਸ ਗਲੂਸ ਕਰਦਾ ਸੀਗਾ ਉਹ, ਹੁਣ ਉੱਧਰ ਵੀ ਨਾ ਪਾ ਕੇ ਜੇ ਸਹੀ ਦੀ ਕੰਮ ਨਿਬੇੜ ਲਏ ਇਹਨੂੰ ਦੁਬਾਰਾ ਤੋਂ ਲੈ ਕੇ ਜਾਵਾਂ ਜਾਂ ਇਹਨੂੰ ਭੇਜਾਂ ਵੀ ਸ਼ੱਕ ਹੋ ਜੂਗਾ ਇਹਨੂੰ। ਚੱਲ ਦੇਖਦਾ ਕਿੰਨਾ ਕੁ ਰਹਿ ਗਿਆ। ਆ ਗਿਆ ਕਿਵੇਂ ਆ ਰਹੀ ਆ ਗਿਆ ਕੀ ਪੁੱਤ ਆ ਗਿਆ ਤਾਂ ਨਜ਼ਾਰਾ ਜਮਾ ਮਹਾ ਬਚਾਈ ਦਿੱਤੇ ਤੈਨੂੰ ਦੱਸਿਆ ਸੀ ਵੀ ਆਪਾਂ ਦੂਰ ਝੂਠੇ ਹੀ ਆ ਗਿਆ ਹੁਣ ਤਾਂ ਹੋ ਗਿਆ ਹੌਲਾ ਜਮਾ ਸਰੀਰ ਜਮਾ ਕੱਢੀ ਹੋਏਗਾ ਕਹਿੰਦਾ ਸੀਗਾ ਐਂ ਹੋ ਰਿਹਾ ਹੋ ਰਿਹਾ ਮੇਰੇ ਗਲ ਤੇ ਆ ਕੇ ਖੜ ਗਈ। ਉਹ ਤਾਂ ਇੱਧਰ ਜਾਂਦੀ ਸੀ ਕਮਰੇ ਚ ਕਹਿੰਦੀ ਮੈਂ ਜਾਣੀ ਆ ਮੈਨੂੰ ਪਤਾ ਕਿਵੇਂ ਕਿਵੇਂ ਰੋਕ ਕੇ ਰੱਖੇ ਹੋਰ ਰੌਲਾ ਮੈਂ ਉਹਨੂੰ ਮਸਾਂ ਰੋਕਦਾ ਸੀ ਉਹ ਆ ਕੇ ਗ੍ਰਹਿਆਂ ਵਾਂਗੂ ਮਾੜੇ ਗ੍ਰਹਿਆਂ ਵਾਂਗੂ ਆ ਕੇ ਖੜ ਜਾਂਦੀ ਇਹਨੂੰ ਕਾਲਕੋਟ ਸਾਈਡ ਤੇ ਤੋਰ ਦਿਆ ਤੂੰ ਵੀ ਕੋਈ ਜੇ ਬੈਠਾ ਬੰਦਾ
ਲਿਆਈ ਤਾਂ ਕਿੱਥੇ, ਮਨਾਉਂਦਾ ਸੀ ਸੋਡੇ ਵਾਲੀ ਮੰਨੀ ਤਾਂ ਲੱਗਿਆ ਮੈਨੂੰ। ਨਾ ਨਾ ਬੰਦਾ ਹਾਲੇ ਤਾਂ ਕਿੱਥੇ ਕਿਸਮਤ, ਨਾ ਨਾ ਤੂੰ ਸੌਖਾ ਹੋ ਗਿਆ ਮੈਨੂੰ ਤਾਂ ਬਸ ਤੇਰਾ ਪੁੰਨ ਲੱਗ ਜੇ ਉਹੀ ਕੋਈ ਨਾ ਬੰਦਾ ਆਪਣੇ ਹੱਥ ਚ ਹੀ ਆ ਹੁਣ ਫਿਰ ਟਪਾਉਣਾ ਟਪਾਉਣਾ ਇਹਨੂੰ ਦੇਖ ਕੇ ਹਨਾ ਟਪਾਉਣਾ ਵੀ ਆ ਤੁਹਾਡੀ ਵਾਲੀ ਕੁੜੀ ਜੀ ਵੀ ਕਹਿੰਦੀ ਸੀ ਮੈਂ ਜਾਣੀ ਆ ਪਤਾ ਨੀ ਕਿੱਧਰ ਆ ਚੱਲ ਮੈਂ ਦੇਖਦਾ ਚੱਲ ਟਪਾ ਤਾਂ ਦੇ ਕੱਪੜੇ ਜੀ ਕਿਹਦੇ ਪਏ ਆ ਯਾਰ ਕਰਤਾ ਵਧੀਆ ਬਣਾ ਤਾ ਸੱਜਰਿਆਂ ਨੇ ਚੱਲ ਪੈਸਾ ਲੱਗਾ ਰਾਸ ਆ ਜੂ ਯਾਰ ਵੇਟ ਵੀ ਖੁੱਲੇ ਪਏ ਆ ਯਾਰ ਉਹ ਤਾਂ ਕਹਿੰਦੇ ਬੰਦ ਹੋਣਗੇ ਕੁੜੀ ਇੱਥੇ ਕਿੱਥੇ ਕਮੀ ਨੈਟਵਰਕ ਤੇ ਨੀ ਆ ਰਿਹਾ ਪਤਾ ਨੀ ਕੀ ਗੱਲ ਆ ਕੁੜੀ ਹੋਣਾ ਤੁਸੀਂ ਕੌਣ ਹੋਗੇ ਤੁਸੀਂ ਕੌਣ ਹੋ ਲੈ ਕਹਿੰਦੀ ਮੈਂ ਕੌਣ ਆ ਘਰ ਆ ਮੇਰਾ ਤੁਹਾਡਾ ਘਰ ਕਦੋਂ ਆ ਮੇਰਾ ਘਰ ਆ ਜੀ ਮੈਂ ਰਹਿ ਰਹੀ ਹਾਂ ਕਿੱਥੇ ਹੱਦ ਹੋ ਗਈ ਮਾਲਕ ਆ ਮੈਂ ਇਸ ਘਰ ਦਾ ਹੁਣ ਤਾਂ ਮੈਂ 20 ਲੱਖ ਲਾਇਆ ਇੱਥੇ ਤੂੰ ਹੱਦ ਕਰੀ ਜਾਂਦੀ ਹੈ ਨਹੀਂ ਅਸੀਂ ਕਾਫੀ ਟਾਈਮ ਤੋਂ ਆ ਕੇ ਰਹਿ ਰਹੇ ਹਾਂ ਚਲੋ ਮੇਰੇ ਨਾਮ ਨਹੀਂ ਹੈਗਾ ਘਰ ਇਹ ਪਰ ਅਸੀਂ ਉਹ ਤਾਂ ਹੋਰ ਹੈਗਾ ਮੁੰਡਾ ਜਿੱਥੋਂ ਲਿੱਤਾ ਗਾ ਕੀਪੂ ਨਾਮ ਉਹਦਾ ਕੀਪੂ ਦਾ ਵੱਡਾ ਭਰਾ ਅੱਛਾ ਤੁਸੀਂ ਕੀਪੂ ਦੇ ਭਰਾ ਸੌਰੀ ਜੀ ਸੌਰੀ ਚਲ ਬਹਿ ਜਾਓ ਤੁਸੀਂ ਤਾਂ ਹੁਣ ਆ ਗਈ ਸੁਰਤਾ ਨਹੀਂ ਫਿਰ ਤੁਸੀਂ ਉਹਨੂੰ ਦੇਖਿਆ ਨਹੀਂ ਨਾ ਹੈਗਾ ਕਦੇ ਤਾਂ ਕਰਕੇ ਕਹਿ ਰਹੇ ਸੀ ਹੁਣ ਤਾਂ ਦੇਖ ਲਿਆ ਹਾਂਜੀ ਹੁਣ ਤਾਂ ਦੇਖ ਲਿਆ ਚਲੋ ਬੈਠੋ ਤੁਹਾਨੂੰ 2 ਮਿੰਟ ਪਾਣੀ ਲਿਆਉਂਦੀ ਹਾਂ ਇਹ ਕੁੜੀ ਇੱਥੇ ਕਿਵੇਂ ਰਹੀ ਜਾਂਦੀ ਹੈ ਨਾ ਕਿੱਪੂ ਨੇ ਕਦੇ ਗੱਲਬਾਤ ਕੀਤੀ ਹੈ ਸਾਲੇ ਨੇ ਚੱਕਰ ਕੀ ਹੈਗਾ ਊਂ ਤਾਂ ਨਹੀਂ ਸੱਜਣੇ ਕਦੇ ਮੈਰਿਜ ਮੂਰਜ ਕਰਾ ਰੱਖੀ ਨਾ ਦੱਸਦਾ ਹੋਵੇ ਚੱਲ ਪੁੱਛਦਾਂਗਾ ਹੁਣ ਇੱਥੇ ਰਹਿਣੇ ਕਿਵੇਂ ਹੋਗੇ ਅਸੀਂ ਵੈਸੇ ਤਾਂ ਅਸੀਂ ਕਿਰਾਏ ਤੇ ਲੈ ਰਹੇ ਸੀਗੇ ਰੂਮ ਮੈਂ ਤੇ ਮੇਰੇ ਡੈਡੀ ਰਹਿੰਦੇ ਆ ਕਦੇ ਮੈਨੂੰ ਤਾਂ ਕਿੱਪੂ ਨੇ ਕਦੇ ਦੱਸੀ ਕਰੀ ਨਹੀਂ ਹੈਗਾ ਮੈਨੂੰ ਤਾਂ ਇਹ ਪਤਾ ਨਹੀਂ ਹੈਗਾ ਵੀ ਤੁਹਾਡੇ ਨਾਲ ਗੱਲ ਹੋਈ ਆ ਜਾਂ ਨਹੀਂ ਤੇ ਮੈਂ ਡੈਡੀ ਹੈ ਨਹੀਂ ਸੀਗਾ ਹੁਣ ਉਹ ਥੋੜਾ ਜਿਹਾ ਕੰਮ ਗਏ ਹੋਏ ਹੈਗੇ ਤੇ ਅਸੀਂ ਦੋਨੋਂ ਡੈਡੀ ਆ ਤੇ ਮੇਰਾ ਤੇ ਮੈਂ ਰਹਿੰਦੇ ਹਾਂ ਦੋਨੇ ਰਹਿੰਦੇ ਹੈਗੇ ਬਾਕੀ ਕਿਰਾਇਆ ਤਾਂ ਲੈਂਦੇ ਨਹੀਂ ਹੈਗੇ ਉਹ ਤਾਂ ਕਹਿੰਦੇ ਆ ਕਿ ਆਪਦਾ ਹੀ ਹੈਗਾ ਘਰ ਕੋਈ ਗੱਲ ਨਹੀਂ ਤੁਸੀਂ ਰਹੀ ਚੱਲੋ ਆਪਦਾ ਕਿਵੇਂ ਆ ਨਹੀਂ ਉਹ ਤਾਂ ਸਮਝਦੇ ਨਹੀਂ ਹੈਗਾ ਇੱਦਾਂ ਦਾ ਫਰਕ ਹੀ ਨਹੀਂ ਸਮਝਿਆ ਸਾਡੇ ਨਾਲ ਉਹਨਾਂ ਨੇ ਗਲਤ ਗੱਲ ਹੈਗੀ ਬਾਕੀ ਫਿਰ ਮੈਨੂੰ ਤਾਂ ਇੰਨਾ ਹੀ ਪਤਾ ਨਹੀਂ ਹੈਗਾ ਮੈਂ ਡੈਡੀ ਨਾਲ ਹੀ ਗੱਲ ਹੋਈ ਹੋਈ ਹੈਗੀ ਮੈਂ ਡੈਡੀ ਦੱਸਦੇ ਸੀਗੇ ਕਹਿੰਦੇ ਵੀ ਆਪਾਂ ਤੋਂ ਕਿਰਾਇਆ ਨਹੀਂ ਲੈਂਦੇ ਵੀ ਬਹੁਤ ਵਧੀਆ ਮੁੰਡਾ ਹੈਗਾ ਕਿੰਨੇ ਮਹੀਨੇ ਹੋ ਗਏ ਸਾਨੂੰ ਹੋ ਗਏ ਜੀ 2-3 ਮਹੀਨੇ ਤਾਂ ਹੋ ਗਏ ਲੱਗਦਾ ਬਾਕੀ ਤੁਸੀਂ 15-20 ਹਜ਼ਾਰ ਦਾ ਬਣਦਾ ਹੈਗਾ ਘਰ ਕਿਹੜਾ ਕੋਠੀ ਹੈਗੀ ਚੰਗਾ ਏਸੀ 'ਚ ਰਹਿਣੇ ਹੋਗੇ ਹਾਂਜੀ ਘਰ ਤਾਂ ਬਹੁਤ ਵਧੀਆ ਹੈਗਾ ਤੁਹਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਯਾਰ ਨਹੀਂ ਫਿਰ ਮੈਂ ਕੋਈ ਰਿਸ਼ਤੇਦਾਰ ਹੋ ਤੁਸੀਂ ਕੋਈ ਲਿਹਾ ਆ ਜਾਏਗੀ ਨਹੀਂ ਲਿਆ ਕੋਈ ਨਹੀਂ ਹੈਗੀ ਕੋਈ ਰਿਸ਼ਤੇਦਾਰ ਵੀ ਨਹੀਂ ਫਿਰ ਬਾਕੀ ਉਹ ਤਾਂ ਮੇਰੇ ਡੈਡੀ ਨਾਲ ਗੱਲ ਕਰੀ ਹੋਈ ਹੈ ਨਾ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਹੈਗਾ ਤੁਸੀਂ ਐਂ ਕਰੋ ਮੇਰੇ ਡੈਡੀ ਨਾਲ ਹੀ ਗੱਲ ਕਰ ਲਿਓ ਕਿਉਂਕਿ ਨਾ ਹੀ ਤੁਹਾਨੂੰ ਪਹਿਲਾਂ ਦੇਖਿਆ ਹੈਗਾ ਤੁਸੀਂ ਕਿਤੇ ਬਾਹਰ ਰਹਿੰਦੇ ਸੀ ਠੀਕ ਹੈ ਉਹ ਤਾਂ ਆਉਂਦੇ ਜਾਂਦੇ ਰਹਿੰਦੇ ਕਿੱਪੂ ਦਾ ਸੁਬਾਹ ਸ਼ਾਮ ਵੀ ਗੇੜਾ ਮਾਰਦੇ ਹੈਗੇ ਆਉਂਦੇ ਹੈਗੇ ਘਰੇ ਹੁਣ ਇੱਥੇ ਸਿਫਟ ਹੋਣਾ ਗਾ ਸੀ ਨਹੀਂ ਇੱਥੇ ਰਹਿਣ ਲਈ ਆਇਆ ਮੈਂ ਬਾਹਰ ਗਿਆ ਸੀ ਹੁਣ ਛੁੱਟੀ ਆਇਆ 2-3 ਮਹੀਨਿਆਂ ਦੀ ਚਲੋ ਕੋਈ ਗੱਲ ਨੀ ਬਹੁਤ ਵੱਡਾ ਘਰ ਆਗਾ ਫਿਰ ਵੀ ਇਹਦੇ ਚ ਇੱਕ ਰੂਮ ਚ ਅਸੀਂ ਰਹਿ ਲਾਂਗੇ ਬਾਕੀ ਤਾਂ ਵਿਹਲੇ ਪਏ ਨੇ 6-7 ਰੂਮ ਨੇ ਗੇ ਐਂ ਜੇ ਕੀ ਇਸ਼ਾਰੇ ਕਰੀ ਜਾਂਦੀ ਹੈ ਇਹ ਮੇਰਾ ਰੂਮ ਆਗਾ ਚਲੋ ਕੋਈ ਗੱਲ ਨੀ ਅਸੀਂ ਬਦਲ ਲਾਂਗੇ ਇੱਧਰ
ਆਖਿਆ ਤਾਂ ਮੈਂ ਆਏ ਸੀਗਾ ਵੀ ਕੋਠੀ ਤਿਆਰ ਕਰਵਾ ਲਾ, ਉੱਧਰ ਕਰਦੇ ਆ ਗੱਲਬਾਤ। ਇਹ ਸੱਜਰੇ ਨੇ ਜਮੀ ਹੋਰ ਚੰਦ ਚੜ੍ਹ ਲਾਵਾਂ। ਹੈਲੋ ਹੈਲੋ, ਕਿੱਥੇ ਆ? ਓਏ ਇੱਥੇ ਸੀਗਾ ਨਾ, ਤੂੰ ਆ ਕੀ ਚੰਦ ਚਾੜਿਆ ਹੈਗਾ? ਆ ਕੁੜੀ ਕਿਹੜੀ ਰੱਖ ਰੱਖੀ ਹੈਗੀ ਤੈਂ? ਆ ਰਿਹਾ ਤੂੰ ਬਾਈ ਇੱਥੇ? ਨਾ ਤੈਨੂੰ ਪਤਾ ਨੀ ਹੈਗਾ, ਫੋਨ ਫਾਨ ਚੱਕ ਲਿਆ ਕਰ। ਉਹ ਯਾਰ ਬਸ ਉਹ ਤਾਂ ਮੈਂ ਕੁੜੀ ਜੀ ਕਰਕੇ ਰੱਖ ਲਿਆ, ਤੈਨੂੰ ਪਤਾ ਤਾਂ ਹੈਗਾ। ਕੁੜੀ ਜੀ ਕਰਕੇ ਕਿਵੇਂ? ਮੈਨੂੰ ਪਸੰਦ ਆ ਉਹ। ਤੂੰ ਬਾਇਆ ਭੂੰਡ ਆਸ਼ਕਾ ਆ, ਤੇਰੀਆਂ ਆਸ਼ਕੀਆਂ ਭਰਦਾ ਮੈਂ ਮਰ ਗਿਆ ਦੇਖ ਲਾ, ਇਸੇ ਗੱਲ ਕਰਕੇ ਬਾਹਰ ਗਿਆ, ਤੂੰ ਹਲੇ ਵੀ ਨੀ ਹਟਦਾ ਹੈਗਾ। ਉਹ ਯਾਰ ਜਿੱਥੇ ਇੰਨੀਆਂ ਭਾਤੀਆਂ ਲੈ ਲੈਂਦੇ ਜਵਾਕ ਨੂੰ ਯਾਰ, ਤੇਰੇ ਸਿਰ ਤੇ ਤੇਰੇ ਪੱਲੇ ਨਜ਼ਾਰੇ ਹੀ ਰਹਿ ਜਾਣੇ। ਮੈਂ ਤੈਨੂੰ ਦੱਸਾਂ ਗੱਲ, ਕੋਈ ਕੰਮ ਧੰਦਾ ਕਰ ਲਾ। ਉਹ ਕੰਮ ਧੰਦਾ ਬਸ ਇੰਨਾ ਤੂੰ ਕਿਰਾਇਆ ਲੈਣਾ ਤਾਂ ਹੈਗਾ ਮਹੀਨੇ ਦੇ ਮਹੀਨੇ। ਕਿੱਥੇ ਲੈਣਾ, ਕੁਛ ਹੋਰ ਲੈਂਦਾ ਹੋਏਗਾ ਕਿਰਾਏ ਦੀ ਥਾਂ ਤੇ? ਓਏ ਹੋਰ ਤਾਂ ਦਿੰਦੇ ਨੀ ਗਏ। ਚੱਲ ਕੋਈ ਗੱਲ ਨੀ, ਆ ਜਾ ਤੇਰੇ ਨਾਲ ਕਰਦਾ ਗੱਲ, ਮੈਂ ਉਹਦੇ ਪਿਓ ਨਾਲ ਕਰਦਾਂਗਾ। ਲੈਤਾ ਤਾਂ ਨੀ ਕਿਰਾਇਆ? ਹਾਂ ਲੈਤਾ, ਦੋ ਤਿੰਨ ਵਾਰੀ ਲੈ ਲਿਆ। ਐਂ ਦਾ ਗੱਪ ਮਾਰੀ ਜਾਂਦਾ, ਉਹ ਤਾਂ ਕਹਿੰਦੀ ਲੈਤਾ ਨੀ ਹੈਗਾ, ਆਪਦਾ ਗਾ ਉਹਦਾ ਬੜਾ ਆਪਣਾ ਆਪਣਾ ਜਿਹਾ ਕਰੀ ਜਾਂਦੀ ਸੀਗੀ। ਦੱਸ ਤਾਂ ਉਹਨੇ ਨਾ, ਕੋਈ ਨੀ ਮੈਂ, ਚੱਲ ਕੋਈ ਗੱਲ ਨੀ ਕਰਦਾ ਗੱਲ ਮੈਂ। ਚੰਗਾ ਚੰਗਾ, ਭੂੰਡ ਆਸ਼ਕ ਮਰਾ ਬਾ, ਆਸ਼ਕ ਪੱਲੇ ਰਹਿ ਗਈਆਂ ਸਾਲਾ, ਨਜ਼ਾਰੇ ਦਾ ਇੱਥੇ ਪੱਟੂਗਾ ਮੇਰਾ ਘਰ ਵੀ। ਲੈ ਉਹ ਬੈਠਾ ਬਾਈ ਤਾਂ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ, ਕਿੱਧਰ ਵੱਗ ਗਿਆ ਸੀ? ਇੰਨਾ ਟਾਈਮ ਲਾਉਂਦੇ ਹੁੰਦੇ ਹੈਗੇ। ਬਸ ਇੱਥੇ ਤੈਨੂੰ ਪਤਾ ਤਾਂ ਕਿਹਾ ਕੁੜੀ ਜੀ ਕਿਵੇਂ ਰੱਖ ਰੱਖੀ ਹੈਗੀ, ਤੈਨੂੰ ਮੈਂ ਕੀ ਕਿਹਾ ਸੀਗਾ? ਤੈਨੂੰ ਫੋਨ ਤੇ ਦੱਸਤਾ ਦਿੱਤਾ ਸੀ। ਕਿਹੜਾ ਫੋਨ ਤੇ ਦੱਸਿਆ ਸੀਗਾ? ਐਂ ਥੋੜੀ ਕਰਦੇ ਹੁੰਦੇ ਆ, ਜਦ ਕਿਰਾਇਆ ਲੈ ਲਾ। ਉਹ ਕਿਰਾਇਆ ਲੈਣਾ ਹੁੰਦਾ ਨਾ ਕਰ, ਕਿਰਾਇਆ ਲੈਣਾ ਹੁੰਦਾ ਮੈਂ। ਇਕੱਠਾ 6 ਮਹੀਨਿਆਂ ਦਾ ਇਕੱਠਾ ਫੜਾਂਗੇ। ਕੀ ਫੜੇਗਾ? ਕਿਰਾਇਆ ਫੜੇਗਾ ਤੂੰ ਕਿਰਾਇਆ? ਉਹਦੇ ਨਾਲ ਮੇਰੀ ਗੱਲ ਹੋ ਗਈ, ਉਹਦੇ ਪਿਓ ਨਾਲ। ਨਾਲੇ ਕਾਹਨੂੰ ਗੱਲ ਹੋਈ ਆ? ਉਹ ਕੁੜੀ ਨਾਲ ਹੋਈ, ਉਹ ਕੁੜੀ ਦੇ ਦਿਮਾਗ ਮੈਂ ਹੈ ਥੋੜੀ ਖਰਾਬ, ਆਪੀ ਖਰਾਬ ਆ ਗਈ। ਤੂੰ ਸਿੱਧਾ ਆ ਗਿਆ ਹੈ? ਨਾ ਨਾ ਤਾਂ ਸਿੱਧੇ ਹੀ ਆ, ਪੁੰਨ ਪੰਨ ਦਾ ਇੱਥੇ ਕਿਹੜਾ ਜਮਾਨਾ ਰਿਹਾ ਯਾਰ ਅੱਜ ਕੱਲ ਦਾ। ਫਿਰ ਉਹੀ ਕਹਿਣਾ ਗਾ, ਗਲਤ ਗੱਲ ਕਰੀ ਇਹਨਾਂ ਨੂੰ ਤਾਂ ਨੀ ਪਤਾ। ਕੁੜੀ ਜੀ ਮੈਨੂੰ ਪਸੰਦ ਆ ਗਈ, ਮੈਂ ਕਿਹਾ ਚੱਲ ਕੀ ਪਤਾ ਕਿਰਾਇਆ ਨਾ ਦੇਵੇ ਵੀ ਖੁਸ਼ ਹੋ ਜੇ, ਵੀ ਕਿਰਾਇਆ ਨੀ ਲੈਂਦਾ, ਗੱਲ ਗੁੱਲੀ ਕਰ ਲਈ। ਅੱਛਾ ਵੀ ਕੁੜੀ ਪਿੱਛੇ ਤੂੰ ਕਿਰਾਇਆ ਨੀ ਲੈਂਦਾ ਹੈਗਾ, ਆਪਣੇ ਕੋਲ ਪੈਸੇ ਤੈਨੂੰ ਮਿਲੇ ਕਿੱਥੇ ਹੈਗੇ, ਆਏ ਕਿੱਥੇ ਹੈਗੇ? ਮੈਂ ਇੱਥੇ ਬੈਠਾ ਸੀ ਚੌਂਕੜੀ ਤੇ ਆਪਣੇ ਬਾਰੇ, ਉੱਥੇ ਆਏ ਸੀ ਰੱਬ ਦੇ ਫਰਿਸ਼ਤੇ ਬਣ ਕੇ ਆਏ ਸੀ। ਫਰਿਸ਼ਤੇ ਬਣ ਕੇ ਕੁੜੀ ਗਾੜੀ ਨੂੰ ਪਤਾ ਕਿੱਧਰੋਂ ਕਰੀਏ ਹੱਲ, ਕੋਈ ਬਣਦਾ ਹੀ ਨੀ ਗਾ, ਬਣ ਜੇ ਹੱਲ ਕਿਸੇ ਜਵਾਬ ਚ। ਹੋਰ ਕੀ ਹਾਲ ਬਾਈ? ਵਧੀਆ ਜੀ, ਠੀਕ ਠਾਕ। ਵਧੀਆ 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 ਵੀਰੇ ਯਾਰ, ਇੱਥੇ ਨਾ ਮਕਾਨ ਲੈਣਾ ਸੀਗਾ, ਮਿਲ ਜੂਗਾ? ਮਕਾਨ ਤਾਂ ਹੈਗਾ ਸੀ ਯਾਰ ਮੇਰੇ ਕੋਲੇ। ਅੱਛਾ, ਪਰ ਮੈਂ ਦੇਣਾ ਨੀਗਾ। ਕੀ ਗੱਲ? ਕੰਮ ਕੁੰਮ ਜਿਹਾ ਚੱਲਦਾ ਉੱਥੇ। ਕੰਮ ਤਾਂ ਯਾਰ ਮੇਰੇ ਇੱਕ ਗੁੱਡੀ ਆ ਗਈ, ਦੋਨਾਂ ਨੇ ਰਹਿਣਾ ਸੀ। ਕੁੜੀ ਵੀ ਆ ਤੇਰੇ? ਪਰ ਅੱਛਾ ਯਾਰ, ਉਹ ਤਾਂ ਮੈਂ ਦੇਣਾ ਨੀ ਸੀਗਾ ਮਕਾਨ ਤਾਂ ਯਾਰ ਕਿਸੇ ਨੂੰ। ਮੇਰੇ ਘਰ ਵਾਲੀ ਗੁਜ਼ਰ ਗਈ ਸੀ ਯਾਰ। ਘਰ ਵਾਲੀ ਗੁਜ਼ਰ ਗਈ? ਹੋਰ ਤੇ ਨਾਲੇ ਕੋਈ ਜਨਾਨੀ ਰੋਟੀ ਟੁੱਕ ਪਕਾਉਣ ਵਾਲੀ ਮਿਲ ਜੂਗੀ? ਕੁੜੀ ਪੜਦੀ ਆ। ਕੁੜੀ ਪੜਦੀ ਆ ਮਤਲਬ ਕੱਲੀ ਰੋਟੀ ਟੁੱਕ ਵਾਲੀ ਚਾਹੀਦੀ ਆ ਕਿ? ਹਾਂ ਹਾਂ ਬਸ ਰੋਟੀ ਟੁੱਕ ਵਾਲੀ, ਤੇ ਕੁੜੀ ਤਾਂ ਸਕੂਲ ਸਕਾਲ ਵਗ ਜਾਂਦੀ ਆ।
ਕੁੜੀ ਕਿੱਥੇ ਫਿਰ ਤੇਰੀ? ਕੁੜੀ ਤੇ ਮੇਰੇ ਨਾਲ ਹੀ ਆ। ਅੱਛਾ, ਚੱਲ ਕੋਈ ਨਾ, ਦੇਖ ਦੂਖ ਲੈਂਦੇ ਫੇਰ ਕਿਰਾਏ ਤੇ ਮਕਾਨ ਦੇ ਦਿੰਦੇ। ਚੱਲ ਕੋਈ ਨਾ, ਦੇਖ ਲੈਂਦੇ ਆ, ਕੋਈ ਚੱਕਰ ਨੀ। ਹੋਰ ਆ ਗੁੱਡੀ ਆ ਮੇਰੀ, ਜਿਹੜੇ ਇੱਥੇ ਖੜੇ ਹੋਗੇ ਆ ਜਾਓ ਨਾ, ਕਰ ਲਈਏ ਪਤਾ ਆਪਾਂ। ਆਹੋ ਮਕਾਨ ਮਿਲ ਗਿਆ ਆਪਾਂ ਨੂੰ। ਅੱਛਾ, ਇਹਨਾਂ ਦਾ? ਹਾਂ ਚੱਲ ਜੇ ਮਿਲ ਗਿਆ ਫਿਰ ਤਾਂ ਠੀਕ ਆ, ਵਧੀਆ ਗੱਲ ਹੈਗੀ। ਦੱਸਤਾ ਇਹਨੂੰ ਮੈਂ, ਗੁੱਡੀ ਪੜਦੀ ਹੈ। ਹਾਂ ਫਿਰ ਮੇਰਾ ਤਾਂ ਕਿੱਥੋਂ ਟਾਈਮ ਹੁੰਦਾ, ਕੋਈ ਗੱਲ ਨੀ, ਆਪਾਂ ਰੋਟੀ ਟੁੱਕ ਦੇ ਬਾਅਦ ਚੋਂ ਕਰ ਲਾਂਗੇ ਨਾ, ਹੁਣੇ ਕੀ ਕਾਹਲੀ ਹੈਗੀ ਇੱਥੇ ਗੱਲਾਂ ਕਰਨ ਦੀ। ਨਹੀਂ ਉਹ ਵੀ ਚੱਲ ਗੱਲ ਤਾਂ ਕਰੇ ਸੀ, ਇਹਦੇ ਨਾਲ ਕਈ ਵਾਰੀ ਹੁੰਦੀ ਹੈ ਕੋਈ ਬੁੜੀ। ਚਲੋ ਕੋਈ ਗੱਲ ਨੀ, ਤੁਸੀਂ ਫਿਰ ਦੱਸ ਦਿਓ ਸ਼ਾਮ ਤੱਕ ਸੋਚ ਕੇ। ਸੋਚਣਾ ਕੀ ਆ, ਆਜੋ ਨਹੀਂ ਬਾਈ, ਚੱਲੋ ਮੇਰੇ ਨਾਲ ਹੀ। ਇਹ ਤਾਂ ਗੱਲ ਬਣਦੀ, ਹੁਣ ਧਰ ਲਓ ਸਮਾਨ। ਅੱਛਾ ਚਲ ਆਇਓ ਫਿਰ, ਆਪਾਂ ਸਮਾਨ ਚੱਕ ਲਈਏ। ਕਿਰਾਇਆ ਤੁਹਾਡੇ ਲਈ ਮਾਫ ਆ। ਅੱਛਾ ਜੀ, ਚਲੋ ਵਧੀਆ, ਧੰਨਵਾਦ। ਹਾਂ ਬਹੁਤ ਵੱਡਾ, ਬਹੁਤ ਵੱਡਾ ਮੇਰਾ। ਚਲੋ ਵਧੀਆ, ਤੁਹਾਡਾ ਦਿਲ ਬਹੁਤ ਵੱਡਾ ਹੈ। ਧੰਨਵਾਦ। ਲਿਆਓ ਸਮਾਨ ਚੱਕ ਕੇ, ਕੋਈ ਚੱਕਰ ਨਹੀਂ, ਕੋਈ ਗੱਲ ਨਹੀਂ। ਇੱਧਰ ਹੀ ਆਪਣਾ ਘਰ? ਹਾਂ ਗਲੀ ਚ ਆਪਣਾ ਘਰ ਹੀ ਹੈਗਾ। ਕਿਉਂ ਨਾ ਦੇਖਿਆ ਉਹਨੇ ਆਪਾਂ, ਕਿਤੇ ਦੇਖ ਆਈਏ ਸਾਫ ਸਫਾਈ ਨਾ ਕਰਨ ਵਾਲੀ। ਦੇਖ ਲਾਂਗੇ ਆਪਾਂ ਪਹਿਲਾਂ। ਅਭੀ ਤੁਸੀਂ ਨਾਲੇ ਵਾਂ, ਚਲੋ ਚਲੋ ਬਾਬਾ, ਚਲੋ ਚਲੋ ਤੁਸੀਂ ਚਲੋ। ਹਾਂਜੀ ਹੁਣ ਆਉ ਨਜ਼ਾਰਾ। ਸੋਹਣੀ ਸੁਨੱਖੀ ਆ ਥੋੜੀ ਜਿਹੀ, ਘਰ ਆ ਜਾਓ ਦੇਖ ਲਓ। ਮਕਾਨ ਤਾਂ ਵਧੀਆ ਹੈ ਨਾ, ਜਮਾ ਕੋਕੇ ਜਿਹੜੇ ਹੋਏ ਆ, ਹਲੇ ਰਹਿੰਦਾ ਕੰਮ ਅੱਧਾ ਅੱਧਾ। ਅੱਛਾ ਬਾਬਾ, ਹੁਣ ਨਿਗਾਹ ਥਾਈ ਦੀ ਕਰ ਲਈਏ। ਮਕਾਨ ਤਾਂ ਤਿੰਨ ਕਮਰੇ ਹੈ ਨਾ? ਤਿੰਨ ਕਮਰੇ ਆ, ਸਾਨੂੰ ਦੇਖ ਕੇ ਵਾਧੂ ਆ। ਇੱਕ ਕਿਉਂ, ਸਾਰਾ ਘਰ ਹੀ ਲੈ ਲਿਓ, ਰਸੋਈ ਆ ਉਹ ਕਮਰੇ ਤਾਂ 6-7 ਨੇ, ਉੱਧਰ ਵੀ ਆਪਣੀ ਆ, ਕਿੱਧਰ ਮਰਜ਼ੀ ਖੇਡੀ ਰਹੋ, ਖੇਡੀ ਜਾਓ। ਨਾ ਨਾ ਚੱਲ, ਸਾਨੂੰ ਤਾਂ ਆਹੀ ਵਾਧੂ ਆ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਰਹਿ ਵੀ ਪਿਓ, ਇੱਥੇ ਕੋਈ ਚੱਕਰ ਨੀ, ਕਰਾਇਆ ਵੀ ਤੁਹਾਡੇ ਲਈ ਮਾਫ਼ ਆ, ਪਰ ਮੇਰੀ ਇੱਕ ਸ਼ਰਤ ਆ। ਤੇਰੇ ਧੰਨਵਾਦ ਬਈ, ਮੇਰੀ ਸ਼ਰਤ ਆ ਇੱਕ, ਮੈਂ ਇੱਥੇ ਜਦੋਂ ਜੀ ਕਰਦਾ ਇੱਥੇ ਪੈ ਸਕਦਾ, ਮੇਰਾ ਘਰ ਆ। ਐਂ ਨਾ ਕਹਿ ਦੋ ਵੀ ਇੱਥੇ ਆ ਗਿਆ ਆਪਦੇ ਘਰੇ। ਨਾ ਨਾ, ਐਂ ਨਾ ਕੀ ਕਹਿਣਾ, ਜਦੋਂ ਜੀ ਕਰਦਾ ਆਉਂਗਾ। ਆਉਣੀ ਆਪਦੇ ਘਰੇ ਦਾ ਕਿਹੜਾ ਮਾਰੂ। ਇਹ ਹੈਗੀ ਆ ਮੇਰੇ ਵੱਡੇ ਭਰਾ ਦੀ ਵੰਡ, ਉਹ ਗਏ ਹੋਏ ਆ ਬਾਹਰ, ਬਾਹਰੋਂ ਆਉਣਗੇ। ਠੀਕ ਠੀਕ ਆ ਨਾ, ਚੱਲ ਕਿਹੜਾ ਸਾਡਾ ਸਾਲ 6 ਮਹੀਨੇ ਟੱਪੂਗਾ, ਉਹੀ ਵਧੀਆ ਰਹਿ ਪਓ। ਕੁਛ ਮਰਜ਼ੀ ਕਦੇ ਸਵੇਰ ਨੂੰ ਇਤਰਾਜ਼ ਨਾ ਕਰਿਓ। ਨਾ ਨਾ, ਤੇ ਇਸ ਗੱਲ ਦਾ ਇਤਰਾਜ਼ ਨਾ, ਤੇਰੀ ਕੁੜੀ ਜੀ ਕਰੇ ਤਾਂ ਇਤਰਾਜ਼। ਨਾ ਨਾ, ਉਹ ਕਿੰਨੇ ਬੋਲੂਗੀ ਮੇਰਾ। ਠੀਕ ਆ ਨਾ ਅੰਕਲ ਜੀ, ਠੀਕ ਆ। ਇੱਕ ਮੈਂ ਤੈਨੂੰ ਐਂ ਕਹਿੰਦਾ ਸੀ, ਮੈਨੂੰ ਚਾਚਾ ਕਹਿੰਦਾ ਕਰ। ਹੁਣ ਚਾਚਾ ਕਿਵੇਂ ਕਹਿੰਦਾ ਕਰ, ਤੁਸੀਂ ਅੰਕਲ ਹੀ ਠੀਕ ਹੋ। ਚੱਲ ਤਾਇਆ ਕਹਿੰਦਾ ਕਰ, ਚੱਲ ਬਾਲਾ ਕਹਿਣਾ ਤਾਇਆ ਕਹਿੰਦਾ ਕਰ। ਇੱਕ ਫਿਰ ਤੇਰੇ ਤਾਈ ਦਾ ਵੀ ਕੋਈ ਹੱਲ ਕਰ ਦੇ, ਰੋਟੀ ਕਰੋ। ਕੋਈ ਨਾ, ਚੱਲ ਕਰਦੇ ਆ ਹੱਲ। ਹੋਰ ਇੰਨਾ ਕੁ ਮੇਰਾ ਕੰਮ ਕਰਦੀ ਤੂੰ ਤਾਂ, ਘਰ ਦੇ ਨਾਲ ਨਾਲ ਚਲਾਉਂਦੀ ਭਾਵ ਦਾ ਹਰ। ਉਹ ਫਿਰ ਰੋਟੀ ਟੁੱਕ ਪਕਾ ਲਿਆ ਕਰ, ਕੁੜੀ ਤਾਂ ਫਿਰ ਪੜ੍ਹਨ ਪੱਕ ਜਾਣਾ। ਹਾਂ ਠੀਕ ਆ, ਬਸ ਤੈਨੂੰ ਪਤਾ ਵੀ ਮੈਂ ਵੀ ਬਹੁਤ ਤੰਗ ਹੋ ਰਿਹਾ, ਤਰਸੀ ਜਾਂਦੇ ਰਹਿੰਦੇ ਹਾਂ ਹੁਣ, ਤੇ ਤਾਈ ਗੁਜਰੀ ਨੂੰ ਚਿਰ ਬੜਾ ਹੋ ਗਿਆ। ਅੱਛਾ ਉਧਰੋਂ ਤਰਸਿਆ ਪਿਆ ਹੈਗਾ ਸਾਰੇ ਪਾਸੇ, ਹੋਰ ਰੋਟੀਆਂ ਕੰਨੀ ਬੜਾ ਤੰਗ ਹੋ ਰਿਹਾ, ਤਾਂ ਤਾਂ ਮਕਾਨ ਨਹੀਂ ਹੈਗਾ ਕੋਲੇ। ਕੋਈ ਨਾ ਕਰ ਦੂੰ ਗੱਲ, ਚਾਰਾ ਤਾਂ ਤੇਰੇ ਵਧੀਆ ਕਰ ਸਕਣਾ ਤੈਂ। ਕੋਈ ਨਾ, ਚੱਲ ਰੱਬੂ ਖੁੱਲ ਕੇ ਉਧਰ ਵੀ ਗੱਲ ਕਰ ਦੂੰ। ਐਂ ਜ਼ਰਾ ਉਹਨਾਂ ਕੋਈ ਠੱਗ ਚੋਰ ਹੋਣਗੇ ਤੇ ਲੈ ਕੇ ਸਾਰਾ ਕੁਝ ਭੱਜਣੇ ਤੇ ਝੱਕੀ ਜਾਈ। ਨਾ ਨਾ, ਇੰਨਾ ਤੈਨੂੰ ਮੈਂ ਭੋਲਾ ਲੱਗਦਾ। ਭੋਲਾ ਦਾ ਕਿਹੜਾ, ਤੇਰੇ ਵਰਗੀ ਠੱਗੇ ਜਾਂਦੇ ਹੈਗੇ, ਬੜੇ ਤੇਜ਼ ਬਣਦੇ ਆ ਜਿਹੜੇ। ਆਪਾਂ ਨਹੀਂ ਠੱਗ, ਆਪਾਂ ਤਾਂ ਠੱਗ ਲਾਂਗੇ, ਆਪਾਂ ਬਾਅਦ ਦੇ ਠੱਗ ਬਰਬਾਦ ਨਾ ਨਾ ਹੋ ਜੀ। ਓਏ ਕੀ ਹੁੰਦਾ ਯਾਰ, ਦੋ ਪੈਸੇ ਨਾ ਬੱਟੇ ਜਾਣਗੇ, ਐਂ ਕਰਾਂਗੇ ਚੱਲ ਪੁੰਨ ਸਹੀ ਨਿਆਰੇ ਤਾਂ ਲੈ ਲਈਏ। ਉਹਦੀ ਕੁੜੀ ਤੇ ਦਿਲ ਆ ਗਿਆ ਮੇਰਾ ਬਸ। ਅੱਛਾ
ਚੱਲ ਕੋਈ ਗੱਲ ਨੀ ਪੁੱਛਦਾ ਮੈਂ, ਤੂੰ ਕਰਾ ਦੇ ਗੱਲ ਯਾਰ। ਕਿਉਂ ਮੈਂ ਭੈਣ ਦਾ ਪਿਛੋਲਪਣਾ ਕਰਦਾ ਗਾ? ਫਿਰ ਬਣ ਜਾ ਵੱਡਾ ਭਾਈ ਪਿਛੋਲਾ, ਹੱਦੋ ਹੀ ਤੇ ਰਲੀ ਜਾਵੇ। ਉਹ ਯਾਰ ਮੈਂ ਤਾਂ ਉਹਦੇ ਨਾਲ ਪਿਆਰ ਦੀ ਗੱਲ ਹੁਣ ਕਰਨ ਨੂੰ ਪਹਿਣਾ ਗਾ, ਉਹਦਾ ਕਹੂ ਵੀ ਧੱਕਾ ਕਰਦਾ। ਮੈਂ ਹਾਂ ਧੱਕਾ ਮੈਂ ਤੇਰੇ ਨਾਲ ਕੀ ਕਰ ਗਿਆ, ਕੀ ਪਤਾ ਤੂੰ ਕੀ ਕਰਦਾ ਹੋਏ। ਮੈਂ ਤਾਂ ਹੁਣ ਮੈਂ ਕਿਹਾ ਤੁਹਾਨੂੰ ਕਿਹੋ ਜਿਹੇ ਮੁੰਡੇ ਪਸੰਦ ਆ, ਮੈਂ ਜਿੰਨਾ ਲਵੇ ਲੱਗਣ ਦੀ ਕੋਸ਼ਿਸ਼ ਕਰਦਾ ਉਨੀ ਦੂਰ ਭਜਾ ਦਿੰਦੀ ਆ। ਚੱਲ ਕੋਈ ਗੱਲ ਨੀ ਕਰਦਾ ਮੈਂ। ਹੋਰ ਤਾਂ ਕੋਈ ਚੱਕਰ ਨਹੀਂ, ਰਾਮ ਰੂਮ ਤਾਂ ਕਾਹਦਾ, ਠੀਕ ਹੈ ਆਪਾਂ ਤਾਂ ਆਪਦਾ ਮਤਲਬ ਜਦੋਂ ਪੂਰਾ ਹੋ ਗਿਆ ਕੜਾਚ ਲੱਠਾ ਉਦੋਂ ਕਹਿ ਦਾਂਗੇ ਵੀ ਕਿਰਾਇਆ ਕਰੂਗਾ। ਆਪਦਾ ਕੁਛ ਮਰਜ਼ੀ ਕੜਾਚ ਲੱਠਾ ਕਰੀ ਭਾਵੇਂ ਪਾ ਕਰੀ, ਆਪਦਾ ਧਿਆਨ ਰੱਖੀ ਦੀ ਕਹਿਣਾ ਧਿਆਨ ਹੀ ਆ। ਹਾਂ ਕਦੇ ਉਹਦੇ ਮੰਗੂ ਮੈਨੂੰ ਕੱਛੇ ਚੋਂ ਪੇ ਚੱਕਣੇ ਪੈ ਜਾਣ ਸੜਕ ਤੇ ਆ ਜਾਵਾਂ। ਕੁੜੀ ਤੇ ਅੱਖ ਮੈਂ ਰੱਖੀ ਬੈਠਾ ਤੇ ਕੁੜੀ ਦੇ ਅੱਖੀ ਹੋਰ ਰੱਖੀ ਬੈਠਾ, ਕੁੜੀ ਆ ਸਾਲੇ ਕੋਈ ਚੀਜ਼ ਤਾਂ ਨੀ ਹੈਗੀ। ਹੋਰ ਵੀ ਕਿਵੇਂ ਭਾਈ? ਠੀਕ ਹੈ ਵਧੀਆ। ਕੌਣ ਆ? ਹੈਂ ਕੌਣ ਆ? ਇਹਦੇ ਇੱਥੇ ਰਹਿ ਨਹੀਂ ਹਾਂਗੇ, ਸੌ ਕੁੜੀ ਦਾ ਵਿਆਹ ਆਂਗਾ। ਹਾਂ ਜਾਣ ਭਾਈ, ਮੈਂ ਤਾਂ ਹੁਣ ਕਿੱਥੋਂ ਜਾਣਦਾ, ਮੈਂ ਤਾਂ ਬਾਹਰੋਂ ਆਇਆ। ਨਾ ਨਾ ਚਕਰਾਏ ਕੁੜੀ ਬਾਰੇ ਕਿਵੇਂ ਕੀ ਸਿਸਟਮ ਆਗਾ? 20-25,000 ਬਣਦਾ ਯਾਰ। ਹੋਈ ਆ ਗੱਲ ਭਾਈ, ਕਿਵੇਂ ਉਹਦੇ ਨਾਲ ਗੱਲ ਨਹੀਂ ਰਹਿ? ਇੱਥਾ ਤਾਂ ਹੈ ਨਹੀਂ ਗਾ ਯਾਰ, ਲੈਤੀ ਨਹੀਂ ਹੈਗਾ। ਗੈਸਟ ਗੁਸਟ ਆਉਣਗੇ ਯਾਰ ਮੇਰੇ, ਹੁਣ ਨਾਲ ਮੈਂ ਮਸਾਂ ਤਾਂ ਬਾਹਰੋਂ ਆਇਆ ਗਾ, ਹਨਾ ਫਿਰ ਐਂ ਔਖਾ ਜਿਹਾ ਹੋ ਜਾਂਦਾ ਯਾਰ। ਚੱਲ ਕੋਈ ਗੱਲ ਨੀ, ਇੱਕ ਕਮਰੇ ਚ ਰਹਿ ਪਾਂਗੇ ਯਾਰ ਵੀਰ ਬਣ ਕੇ। ਚੱਲ ਦੇਖਦਾ ਫਿਰ, ਮੈਂ ਸੋਚਦਾ ਕਿ ਪੂਨਾ ਕਰਦਾ ਯਾਰ ਗੱਲ। ਹੋਰ ਹੁਣ ਮੈਂ ਕੁੜੀ ਨੂੰ ਲੈ ਕੇ ਕਿੱਥੇ ਜਾਊਂ? ਕੱਲੀ ਕੁੜੀ ਆ ਤੇਰੇ? ਤੇ ਹੋਰ ਹੁਣ ਇਹਨੂੰ ਵਿਆਹ ਵੀ ਉਹਦੇ ਯਾਰ, ਵਿਆਹਣੀ ਆ, ਹੁਣ ਪੜ੍ਹਦੀ ਹੈ। ਉਹ ਕੀ ਲੈਣਾ ਪੜ੍ਹਾਈਆਂ ਤੋਂ? ਚੱਲ ਮੈਂ ਇੱਕ ਆਹੀ ਰਹੇਗੀ। ਚੱਲ ਕੋਈ ਗੱਲ ਨੀ, ਮੈਂ ਕਰਦਾ ਗੱਲ, ਦੱਸ ਦੂੰਗਾ ਯਾਰ ਜੋ ਵੀ ਫੈਸਲਾ ਬਣਿਆਗਾ, ਦੇਖਦਾ ਮੈਂ ਫਿਰ। ਮੈਂ ਇੱਕ ਕਲਾਸ ਰਹਿੰਦੀ ਹੈ ਜੀ ਬਸ। ਚੱਲ ਕੋਈ ਗੱਲ ਨੀ, ਚੰਗਾ ਫਿਰ। ਚੰਗਾ ਠੀਕ ਹੈ, ਕੋਈ ਗੱਲ ਨੀ, ਬੰਦਾ ਤਾਂ ਹਰ ਵਧੀਆ ਗਾ, ਬਾਕੀ ਸਿਰੇ ਦੇਖਦੇ ਕੀ ਬਣਦਾ। ਹਨਾ ਕੁੜੀ ਜੀ ਕਿਵੇਂ ਆ ਯਾਰ? ਸਿਆਣੀ ਵੀ ਲੱਗਦੀ ਆ ਮੈਨੂੰ, ਹਨਾ ਪਤਾ ਸਿਆਣੀ ਜੀ ਕੁੜੀ ਭਾਲਦੀ ਸੀ ਵਿਆਹ ਵਾਸਤੇ, ਆਏ ਤਾਂ ਵਿਆਹ ਕਰਾਉਣੀ ਆ ਇੱਥੇ। ਕੁੜੀ ਤਾਂ ਮੈਨੂੰ ਸਿਆਣੀ ਲੱਗਦੀ ਆ, ਪਰਿਵਾਰ ਵੀ ਸਿਆਣਾ, ਵਿਚਾਰਿਆਂ ਦੇ ਘਰ ਬਾਰ ਵੀ ਨੀ ਹੈਗਾ ਯਾਰ। ਹਨਾ ਚੱਲ ਦੇਖਦਾ ਮੈਂ ਯਾਰ। ਆ ਕਿਵੇਂ ਖੜੇ ਆ ਇੱਥੇ ਤਾਇਆ? ਕਿਵੇਂ ਖੜੇ ਆ? ਹੋਰ ਕਿਵੇਂ ਆ ਕਿਪੂ? ਵਧੀਆ ਤਾਇਆ, ਤੂੰ ਦੱਸ ਕਿਵੇਂ ਜੇ? ਠੀਕ ਆ ਯਾਰ। ਉਹ ਤੇਰਾ ਭਾਈ ਘਰੋਂ ਕੱਢਣ ਨੂੰ ਕਹਿੰਦਾ ਗਾ, ਕਹਿੰਦਾ ਨਹੀਂ ਕਿਰਾਇਆ ਦਿਓ। ਉਹ ਯਾਰ ਮੈਂ ਤਾਂ ਕਹਿਤਾ ਸੀ, ਮੈਂ ਕਿਰਾਏ ਤੇ ਰਹਿੰਦੀ ਉਹ ਤੇਰੀ ਕੁੜੀ ਆ, ਦੀ ਮੂੰਹ ਖੁੱਲ ਗਿਆ। ਮੈਂ ਤਾਂ ਸਾਰਾ ਕੁਛ ਸੰਭਾਲ ਗਿਆ, ਉਹਦਾ ਕਹਿੰਦੀ ਊਂ ਹੀ ਰਹਿੰਦਾ ਗਾ, ਕਿਪੂ ਨੇ ਊਂ ਹੀ ਛੱਡ ਰੱਖਿਆ ਘਰ। ਜੇ ਪਹਿਲੇ ਦਿਨ ਹੀ ਕਿਹਾ ਹੁੰਦਾ ਵੀ ਕਿਰਾਏ ਤੇ ਰਹਿੰਦਾ ਗਾ। ਕਿਰਾਇਆ ਕਿਰਾਇਆ ਸਾਡੇ ਕੋਲ ਹੈ ਹੀ ਨੀ, ਥੋੜਾ
ਦਿਲ ਦਾ ਤਾਂ ਹੈ ਨੀ ਮਾੜਾ। ਆਹ ਤਾਂ ਸੋ ਕਹਿੰਦੇ ਸੋਚ ਕੇ ਦੱਸਦੇ ਆਂਗੇ ਸਵਾਇਆ ਘਰ ਕੋ ਰਹੀ ਨਹੀਂ ਗਾਣ ਕਿੱਦੇ ਜਾਈ ਗਏ ਸੀ। ਕਹਿੰਦਾ ਕੁੜੀ ਨੂੰ ਵਿਆਹ ਦੇ ਮਹਾਂ ਯਾਰ ਕੁੜੀ ਨੂੰ ਵਿਆਹ ਤਾਂ ਦੇਈਏ ਇੱਕ ਕਲਾਸ ਰਹਿੰਦੀ ਸੀ ਮਹਾਂ ਯਾਰ ਪੜ੍ਹਦੀ ਹੈ ਪੜ੍ਹਦਾ। ਮੈਂ ਤਾਂ ਸਾਰਾ ਕੁਛ ਲੋਟ ਕਰ ਲਿਆ ਸੀ ਤੇਰੀ ਕੁੜੀ ਜੀ ਦਾ ਮੂੰਹ ਖੁੱਲ ਗਿਆ ਮੈਨੂੰ ਤਾਂ ਕੀ ਫਰਕ ਪੈਂਦਾ ਗਾ ਮੇਰਾ ਤਾਂ ਸਾਰੀ ਜ਼ਿੰਦਗੀ ਰਹਿ ਲੋ ਆਖਿਆ ਮੈਂ ਤਾਇਆ ਬਣਿਆ ਹੋਇਆ ਮੈਂ ਕੀ ਪੂਰਾ ਕਹਿੰਦਾ ਮੈਂ ਨੀ ਜਾਣਦਾ ਕਹਿੰਦਾ ਬਹਾਨੀ ਲੱਭਣਾ ਹਾਂ ਹੋਰ ਕੀ ਕਰਕੇ ਹੁਣ ਹੈ ਨੀ ਕਿਰਾਇਆ ਕੱਪਾ ਆਹੀ ਹੱਲ ਆ ਮੈਂ ਕਹਿ ਦੂੰ ਵੀ ਆ ਕੇ ਕਲਾਸ ਕਰ ਲਾਂਗੇ ਦੋ ਵਾਰ ਵੀ ਸਾਡੀ ਗੱਲਬਾਤ ਚੱਲਦੀ ਆ ਅਸੀਂ ਇਸ ਤੋਂ ਬਾਅਦ ਵਿਆਹ ਕਰਾਂਗੇ ਬਸ ਉਸ ਤੋਂ ਬਾਅਦ ਮੈਂ ਵਿਆਹ ਦੂੰ ਚੱਲ ਫਿਰ ਆ ਜਾ ਫਿਰ ਚਾਹ ਪੀ ਕੇ ਆਉਣੇ ਆ ਤੇਰੀ ਕੁੜੀ ਦੀ ਹੱਥ ਦੀ ਪੀਆ ਇਸ ਤੋਂ ਬਾਅਦ ਦੱਸ ਹੋਰ ਨਜ਼ਾਰੇ ਆ ਵਧੀਆ ਵਧੀਆ ਨਜ਼ਾਰੇ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਸੀ ਯਾਰ ਕਮਰਾ ਤਾਂ ਠੰਡਾ ਜ਼ਿਆਦਾ ਚੱਲ ਓ ਹੈਲੋ ਇੱਥੇ ਕਿਵੇਂ ਪਈ ਹੈਗੀ ਉਹੀ ਪੈ ਗਈ ਸੀਗੀ ਕਮਰਾ ਠੰਡਾ ਜਿਹਾ ਸੀਗਾ ਇਹ ਉਹਦਾ ਕੀ ਮਤਲਬ ਵੀ ਜਦੋਂ ਕਿਹਾ ਕਿ ਤੁਸੀਂ ਮੈਂ ਇੱਥੇ ਆਇਆ ਮੇਰਾ ਰੂਮ ਆ ਗਏ ਇਹ ਤੁਸੀਂ ਬਾਹਰ ਪੈ ਜਾਓ ਫਿਰ ਕੀ ਹੋ ਗਿਆ ਇਹਦੇ ਚ ਏਸੀ ਲੱਗਿਆ ਹੋਇਆ ਜੇ ਪੈ ਗਈ ਹੱਦ ਹੋ ਗਈ ਯਾਰ ਮੇਰਾ 100 ਪਰਸਨਲ ਫੂਡ ਪਏ ਆ ਗਏ ਕੋ 100 ਸਮਾਨ ਪਿਆ ਯਾਰ ਕੋਈ ਪ੍ਰਾਈਵੇਸੀ ਵੀ ਹੁੰਦੀ ਹੈਗੀ ਮੈਂ ਕਿਹੜਾ ਤੁਹਾਡਾ ਕੁਝ ਛੇੜਿਆਗਾ ਜਰਾ ਆਪਣੀਆਂ ਪੁਰਾਣੀਆਂ ਯਾਦਾਂ ਤਾਂ ਬੰਦ ਕਰੋ ਠੀਕ ਹੈ ਤੁਹਾਨੂੰ ਰਹਿਣ ਲਈ ਦੇ ਤਾਂ ਉਹੀ ਬਹੁਤ ਇੰਨਾ ਗੁੱਸਾ ਕਾਹਤੋਂ ਕਰਦੇ ਹੋਗੇ ਮੈਨੂੰ ਤਾਂ ਐਂ ਲੱਗਦਾ ਗਾ ਜਿਵੇਂ ਕਦੇ ਕੁੜੀਆਂ ਨਾਲ ਤੁਸੀਂ ਬਰਤੇ ਮਿਲੇ ਨਹੀਂ ਹੁੰਦੇ ਗੇ ਕੁੜੀਆਂ ਨਾਲ ਕਾਹਦਾ ਬਰਤਨਾ ਮਿਲਣਾ ਬਈ ਨਹੀਂ ਵੈਸੇ ਕਹਿ ਰਹੀ ਹਾਂ ਕੋਈ ਜਿਵੇਂ ਪਿਆਰ ਪੂਰ ਦੇ ਚੱਕਰਾਂ 'ਚ ਜਿਵੇਂ ਪਏ ਨਹੀਂ ਹੁੰਦੇ ਜਿਵੇਂ ਇੰਨਾ ਗੁੱਸਾ ਕਰਦੇ ਹੋਗੇ ਪਿਆਰ ਦੇ ਚੱਕਰਾਂ 'ਚ ਕਾਹਦਾ ਪੈਣਾ ਮੈਨੂੰ ਤਾਂ ਆਈ ਨਹੀਂ ਹੱਦ ਆਉਂਦੀ ਕਿ ਆਪਣੀ ਜ਼ਿੰਦਗੀ ਜਿਉ ਨਜ਼ਾਰੇ ਲਓ ਅੱਛਾ ਜ਼ਿੰਦਗੀ ਕਿਵੇਂ ਜਿਉਂਦੇ ਹੋਗੇ ਤੁਸੀਂ ਨਜ਼ਾਰੇ ਨਜ਼ਾਰੇ ਕਿਵੇਂ ਲੈਂਦੇ ਹੋ ਇਕੱਲਾ ਗੁੱਸਾ ਕਰਕੇ ਦੂਸਰਿਆਂ ਦੇ ਗੁੱਸਾ ਤਾਂ ਕੋਈ ਨਹੀਂ ਆਉਂਦਾ ਹੈਗਾ ਹੁਣ ਜਦੋਂ ਬੇਅਦ ਹੱਦਾਂ ਪਾਰ ਕਰੋਂਗੇ ਗੁੱਸਾ ਹੀ ਆਉਂਦਾ ਆਹ ਕਾਹਦੀਆਂ ਹੱਦਾਂ ਪਾਰ ਹੋ ਗਈਆਂ ਜੇ ਤੁਹਾਡੇ ਰੂਮ 'ਚ 10 ਮਿੰਟ ਬਹਿ ਗਏ ਕਹਿ ਕੇ ਗਿਆ ਸੀ ਨਾ ਵੀ ਇਹ ਮੇਰਾ ਰੂਮ ਆ ਚਲੋ ਤੁਸੀਂ ਦੂਸਰੇ ਰੂਮ 'ਚ ਬਹਿ ਜਾਓ 100 ਮਿਲ ਕੇ ਗੈਸਟ ਆਊਗਾ ਯਾਰ ਚਲੋ ਕੋਈ ਨਹੀਂ ਫਿਰ ਮੈਂ ਚਲੀ ਜਾਂਦੀ ਹੈਗੀ ਦੂਸਰੇ ਰੂਮ 'ਚ ਚਲੀ ਜਾਊਂਗੀ ਫਿਰ ਕੀ ਹੋ ਗਿਆ ਹੁਣ ਤਾਂ ਨਹੀਂ ਕੋਈ ਆਇਆ ਨਾਲ ਤੂੰ ਮੈਨੂੰ ਇੱਕ ਗੱਲ ਦੱਸ ਪਿਆਰ ਦੇ ਚੱਕਰਾਂ ਚ ਤੂੰ ਬਾਹਲਾ ਨੀ ਪੀਣ ਲੱਗਦੀ ਮੇਰੇ ਹਿਸਾਬ ਨਾਲ ਗੱਲਾਂ ਜਿਹੀਆਂ ਕਰੀ ਜਾਂਦੀ ਨਹੀਂ ਤੁਹਾਡੇ ਹਿਸਾਬ ਨਾਲ ਜਿਵੇਂ ਤੁਸੀਂ ਕਹਿ ਰਹੇ ਹੋਗੇ ਜ਼ਿੰਦਗੀ ਆ ਜਿਉਂਦੇ ਹੈਗੇ ਹਰੇਕ ਹਰੇਕ ਦੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣੀ ਚਾਹੀਦੀ ਹੈ ਨਾ ਕੀਪੂ ਨਾਲ ਤਾਂ ਨਹੀਂ ਕੋਈ ਗੱਲਬਾਤ ਹੈਗੀ ਤੇਰੀ ਕੀਪੂ ਨਾਲ ਮੇਰੀ ਤਾਂ ਕੋਈ ਗੱਲਬਾਤ ਹੈ ਨਹੀਂ ਪਰ ਕੀਪੂ ਥੋੜ੍ਹਾ ਜਿਹਾ ਧੱਕਾ ਜ਼ਰੂਰ ਕਰ ਰਿਹਾ ਹੈਗਾ ਧੱਕਾ ਕਰੀ ਜਾਂਦਾ ਕੀ ਮਤਲਬ ਤੁਹਾਨੂੰ ਕੀ ਦੱਸਾਂ ਹੁਣ ਵੀ ਕੀ ਮਤਲਬ ਉਹ ਤਾਂ ਜਦੋਂ ਵੀ ਆਉਂਦਾ ਹੈਗਾ ਮੇਰੇ ਤੇ ਅੱਖ ਮਾੜੀ ਹੀ ਰੱਖਦਾ ਉਹ ਸਾਫ਼ ਸਾਫ਼ ਦੱਸ ਸਾਫ਼ ਸਾਫ਼ ਕੀ ਉਹ ਮੈਨੂੰ ਕਹਿ ਰਿਹਾ ਕਹਿੰਦਾ ਮੈਂ ਤੈਨੂੰ ਪਿਆਰ ਕਰਦਾਗਾ ਮੇਰੇ ਤਾਂ ਹੱਥ ਧੋ ਕੇ ਮਾਗਰ ਪੈ ਰਿਹਾ ਉਹ ਪਿਆਰ ਕਰਨ ਵਾਲਾ ਤਾਂ ਕਿਹੜਾ ਹੈਗਾ ਉਹ ਮੈਨੂੰ ਤਾਂ ਉਹਦੇ ਬਾਰੇ ਪਤਾ ਹੈਗਾ
ਤੁਹਾਨੂੰ ਕੀ ਪਤਾ ਉਹਦੇ ਬਾਰੇ? ਮੈਨੂੰ ਪਤਾ ਗਾ ਜਦੋਂ ਦੀ ਮੈਂ ਇੱਥੇ ਰਹਿ ਰਹੀ ਹੈਗੀ, ਜਦੋਂ ਮੈਂ ਤਾਂ ਨਾ ਇੰਨੇ ਕਮਰਿਆਂ 'ਚ ਲੁਕ ਲੁਕ ਕੇ ਦਿਨ ਕੱਟਦੀ ਹਾਂ। ਤੁਸੀਂ ਇੱਥੇ ਰਹਿ ਕਿਉਂ ਰਹੇ? ਗਏਗਾ ਤੂੰ ਨਹੀਂ? ਫਿਰ ਰਹਿਣਾ ਤਾਂ ਹੁਣ ਮਜਬੂਰੀ ਹੈਗੀ, ਜਦੋਂ ਇੱਥੇ ਰਹਿੰਦੇ ਹੈਗੇ, ਕੰਮ ਕਾਰ ਮੇਰਾ ਡੈਡੀ ਦਾ ਇੱਥੇ ਚੱਲਦਾ ਗਾ, ਇੱਥੇ ਰਹਿਣਾ ਤਾਂ ਪੈਣਾ ਹੀ ਹੈਗਾ। ਕੰਮ ਕਾਰ ਨੂੰ ਕਿਹੜੇ ਇੱਥੇ ਭੂੰਡ ਚੱਲਦੇ ਹੈਗੇ ਟੈਂਪੂ? ਚੱਲ ਹਰੇਕ ਦਾ ਆਪਾਂ ਆਪਣਾ ਕੰਮ ਕਾਰ ਹੁੰਦਾ, ਤੁਸੀਂ ਵੱਡੇ ਲੋਕ, ਚੱਲ ਤੁਹਾਡਾ ਵੱਡਾ ਕੰਮ। ਵੱਡੇ ਲੋਕੇ ਦੀ ਨਹੀਂ ਹੈਗੀ ਗੱਲ, ਠੀਕ ਹੈ ਨਾ? ਫਿਰ ਹੁਣ ਤੁਸੀਂ ਕਹਿ ਰਹੇ ਹੋਗੇ ਭੂੰਡ ਚੱਲਦੇ ਹੈਗੇ, ਕਹਿੰਦੇ ਗੱਲਾਂ ਤਾਂ ਦੇਖ ਲਓ ਕਿੱਥੋਂ। ਚੱਲ ਉਹ ਤਾਂ ਚੱਲ ਗੱਲ ਹੋ ਜਾਂਦੀ ਹੈਗੀ, ਹੁਣ ਤੁਸੀਂ ਜਾਣਾ ਜੂਣਾ ਕਦੋਂ ਆਉਂਦੇ ਮੈਨੂੰ ਇਹ ਦੱਸੋ। ਅਸੀਂ ਤਾਂ ਜਾਣਾ ਨਹੀਂ। ਕਿਉਂ ਕਿਉਂ, ਅਸੀਂ ਕਿੱਥੇ ਜਾਣਾ? ਆਪਦਾ ਘਰ ਆ। ਤੇਰੇ ਤੇ ਮਾੜੀ ਅੱਖ ਰੱਖ, ਫਿਰ ਮੈਂ ਵੀ ਕੀਪੂ ਦੇ ਮਗਰ ਲੱਗ ਕੇ ਤੇਰੇ ਤੇ ਮਾੜੀ ਅੱਖ ਰੱਖ। ਆਏ ਤਾਂ ਨੀ ਮੈਂ ਕਿਹਾ ਫਿਰ? ਉਹ ਤਾਂ ਗੱਲ ਉਹੀ ਹੋਗੀ ਜੇ ਮੈਂ ਕੀਪੂ ਦੀ ਰੀਸ ਕਰਾਂ। ਜ਼ਰੂਰੀ ਥੋੜੀ ਹੈ ਕੋਈ ਮਾੜੀ ਅੱਖ ਰੱਖ ਕੇ ਸਾਰੀ ਮਾੜੀ ਅੱਖ ਹੀ ਰੱਖਣ। ਉਹ ਮਾੜੀ ਅੱਖ ਰੱਖਦਾ, ਤੁਸੀਂ ਚੰਗੀ ਅੱਖ ਰੱਖ ਲਓ। ਕੀ ਮਤਲਬ ਤੇਰਾ ਵੀ? ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ, ਮੈਂ ਕਿਹੜਾ ਕਹਿੰਦਾ ਮਾੜੀ ਅੱਖ ਕੀਪੂ ਰੱਖਦਾ, ਮੈਂ ਵੀ ਮਾੜੀ ਅੱਖ ਰੱਖ ਲਾਂ? ਆਈ ਨੀ ਨਾ ਕਹਿੰਦੀ ਵੀ ਤੂੰ ਮਾੜੀ ਅੱਖ ਹੀ ਰੱਖ, ਮਾੜੀ ਨਹੀਂ ਰੱਖ ਸਕਦਾ, ਚੰਗੀ ਤਾਂ ਰੱਖ ਲੈ। ਚੰਗੀ ਕਿਵੇਂ ਰੱਖਾਂ, ਮੈਨੂੰ ਉਹ ਵੀ ਦੱਸਣਾ। ਅੱਛਾ ਤਾਂ ਸੁਣੋ, ਇੰਨੀ ਵੀ ਸਮਝ ਹੈ ਨੀ? ਮੈਂ ਨੀ ਜੀ ਚੱਕਰਾਂ ਚੁੱਕਰਾਂ ਚ ਪਿਆ ਹੈਗਾ, ਚੰਗੀਆਂ ਮਾੜੀਆਂ ਦਾ ਮੈਨੂੰ ਨੀ ਪਤਾ ਹੈਗਾ, ਆਪਾਂ ਤਾਂ ਕੰਮ ਕਰਨ ਵਾਲੇ ਬੰਦੇ ਆ। ਚੱਲ ਕੋਈ ਗੱਲ ਨੀ, ਇੱਥੇ ਆ ਸਿਖਾ ਦੂੰਗੀ ਫਿਰ ਵੀ ਚੰਗੀ ਅੱਖ ਕਿਵੇਂ ਰੱਖੀ ਦੀ ਆ। ਕੀ ਕੀ ਸਿਖਾਏਂਗੀ ਤੂੰ? ਸਾਰਾ ਕੁਛ ਸਿਖਾ ਦੂੰ। ਅੱਛਾ, ਇੱਥੇ ਰਹਿਣਾ, ਕਿਹੜਾ ਜਾਣਾ ਕਿਤੇ? ਫਿਰ ਤਾਂ ਮੈਡਮ ਬਣੇਗੀ ਟਿਊਸ਼ਨ ਵਾਲੀ। ਤੁਹਾਡੀ ਮਰਜ਼ੀ, ਟਿਊਸ਼ਨ ਲਾ ਲਿਆ ਕਰਿਓ। ਮਹਿੰਗਾ ਨਾ ਪੈ ਜੀ? ਨਹੀਂ ਮਹਿੰਗਾ ਪੈਂਦਾ। ਚੱਲ ਕੋਈ ਗੱਲ ਨੀ, ਅੱਖਾਂ ਚੋਂ ਹੱਸਦੀ। ਚੱਲ ਹੁਣ ਜਾਏਂਗੀ ਤੇ ਇੱਥੇ ਪਏਂਗੀ। ਜੇ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਆ, ਮੈਨੂੰ ਤਾਂ ਫਿਰ ਕੀ ਪ੍ਰੋਬਲਮ ਆ? ਫਿਰ ਕੀ ਹੋਗਾ ਜੇ ਇੱਥੇ 10 ਮਿੰਟ ਬਹਿ ਜੂੰਗੀ ਤੁਹਾਡੇ ਬਰਾਬਰ? ਜਿਹੜਾ ਤਾਇਆ ਬਣਾ ਮੰਨ ਲਓ, ਜੇ ਉਹਨਾਂ ਨੂੰ ਪ੍ਰੋਬਲਮ ਹੋ ਜੇ ਕਿਤੇ, ਐਂ ਕਹਿੰਦੇ ਭੈਣ ਦੇ ਤੇ ਤਾਈ ਦੀ ਕੁੜੀ ਨਾਲ ਹੀ ਪਏ ਆ, ਉਹਨੂੰ ਕੀ ਪ੍ਰੋਬਲਮ ਹੋਣੀ ਹੈਗੀ ਜਦੋਂ ਮੈਨੂੰ ਨਹੀਂ ਹੈਗੀ ਕੋਈ? ਕੀ ਪਤਾ ਤੇਰਾ ਸੱਚੂ ਪਿਓ ਉਹ, ਤੇ ਹੋਰ ਹੋਰ ਕੀ ਹੈ, ਪਿਓ ਹੀ ਹੈ ਤੇਰੀ ਮਾਂ? ਮੇਰੀ ਮੰਮੀ ਦੀ ਡੈਥ ਹੋ ਗਈ ਸੀਗੀ ਬਚਪਨ 'ਚ। ਉਹ ਫਿਰ ਜਨਾਨੀ ਜੀ ਤਾਂ ਹੀ ਭਾਲਦਾ ਫਿਰਦਾ ਰਹਿੰਦਾ ਹੈ। ਜਨਾਨੀ ਭਾਲਦਾ ਫਿਰਦਾ ਰਹਿੰਦਾ? ਆ ਕਿਹੜੀਆਂ ਗੱਲਾਂ ਕਰਦੇ ਹੋਗੇ ਤੁਸੀਂ? ਉਹ ਰਿਐਲਿਟੀ 'ਚ ਕਹਿਣਾ, ਸਿਆਣਾ ਪਿਆਣਾ ਗਾ ਮੈਂ ਡੈਡੀ ਇਦਾਂ ਨੂੰ ਕਿੱਥੇ ਕਿਹੜੇ ਭੁਲੇਖੇ 'ਚ ਪਈ ਆ, ਉਹਦਾ ਪੜਾਕੇ ਪਾਉਣ ਨੂੰ ਫਿਰਦਾ ਗਾ, ਤੈਨੂੰ ਹੱਦ ਹੋ ਗਈ, ਤੈਨੂੰ ਪਤਾ ਹੀ ਨਹੀਂ ਹੈਗਾ। ਇਲਜ਼ਾਮ ਦੀ ਗੱਲ ਨੀ, ਮੈਂ ਤਾਂ ਆਪ ਪਤਾ ਕਰਿਆ, ਹੁਣ ਚਾਹੁੰਦਾ ਕੀ ਪੂਰੀ ਮਿਲਦਾ ਹੈਗਾ ਮੈਨੂੰ ਡਰਦਾ। ਬਸ ਕਰੋ ਜੇ ਏਦਾਂ ਦੇ ਹੁੰਦੇ ਅੱਜ ਨੂੰ ਕਿਤੇ ਦੇ ਵਿਆਹ ਹੀ ਕਰਵਾ ਲੈਂਦੇ। ਹੋਰ ਵਿਆਹ ਕਰਵਾਉਣ ਨੂੰ ਤਾਂ ਫਿਰਦਾ, ਕੋਈ ਜਨਾਨੀ ਨੀ ਮਿਲੀ, ਵਿਆਹ ਵੀ ਕਰਵਾਊਗਾ ਉਹ, ਦੇਖੀ ਤੇਰੇ ਸਾਹਮਣੇ ਆ। ਜਨਾਨੀਆਂ ਦਾ ਕੀ ਤੋੜਾ ਗਾ, ਜਨਾਨੀਆਂ ਤਾਂ ਮਿਲ ਜਾਂਦੀਆਂ ਹੈਗੀਆਂ, ਗੱਲ ਕਰ ਉਹਨਾਂ। ਤੁਹਾਨੂੰ ਮਿਲੀ ਨੀ, ਤੁਸੀਂ ਦੇਖਦੇ ਨੀ ਉਹ ਨਜ਼ਰ ਨਾਲ। ਅੱਛਾ, ਮਿਲਦੀਆਂ ਤਾਂ ਕਿਉਂ ਨੀ? ਹੁਣ ਭਾਲ ਲਾਂਗੇ ਜੇ ਕੋਈ ਮਿਲੀ, ਪਹਿਲਾਂ ਤੂੰ ਆਪਦੇ ਬੁੜੇ ਵਾਸਤੇ ਭਾਲ ਦੇ, ਕਦਾਂ ਤੇਰੀ ਨਵੀਂ ਮੰਮੀ ਆਊਗੀ। ਜ਼ਰੂਰਤ ਹੀ ਨੀ ਨਵੀਂ ਮੰਮੀ ਦੀ, ਤਾਂ ਤੈਨੂੰ ਨੀ ਹੈਗੀ, ਉਹਨੂੰ ਤਾਂ ਹੈਗੀ ਆ ਨਾ। ਉਹਨੂੰ ਵੀ ਨੀ ਹੈਗੀ, ਤੁਸੀਂ ਉਵੇਂ ਕਹਿ ਰਹੇ ਹੋਗੇ ਉਹਨੂੰ ਤਾਂ। ਪੱਖੇ ਦਾ ਉਹਦੇ ਜਾਮ ਹੋ ਰਹੇ ਹੈਗੇ, ਤੂੰ ਕਹਿੰਦੀ ਆ ਜ਼ਰੂਰਤ ਨੀ ਹੈਗੀ, ਪਾਣੀ ਉਹ ਚੱਕਣੋਂ ਹਟ ਰਿਹਾ ਹੈਗਾ। ਫਿਰ ਉਮਰ ਹੋ ਰਹੀ ਹੈਗੀ ਹੁਣ, ਉਮਰ ਕਾਹਨੂੰ ਹੋ ਰਹੀ ਹੈਗੀ, ਸਰਵਿਸ ਨੀ ਹੋਈ ਹੈਗੀ ਗੱਡੀ ਦੀ। ਬਸ ਤੁਸੀਂ ਭੈਣਜੇ ਜਾਣੇ ਗੱਲਾਂ ਨਾ ਕਰੋ। ਅੱਛਾ ਚੱਲ ਬਹਿ ਜਾ ਫਿਰ, ਕੋਈ ਗੱਲ ਨੀ ਭਾਈ, ਦੇਖ ਲਾਂਗੇ ਤੇਰੇ ਨਾਲ।
ਹੱਸਣ ਆਏ ਜੀ। ਕਿਉਂ? ਦਿਲ ਚ ਕੁਛ ਕੁਛ ਹੁੰਦਾ ਹੈ। ਅੱਛਾ ਹਾਂ, ਚੱਲ ਕੋਈ ਨਹੀਂ, ਤੁਸੀਂ ਪੈ ਜਾਓ, ਮੈਂ ਤਾਂ ਬੈਠੀ ਸੌਂ ਵੀ ਗਿਆ ਹੈ ਤਾਂ ਆਕੜੂ ਜਾ, ਪਰ ਜੇ ਮੈਨੂੰ ਫਸਾ ਲਾ ਨਾ ਸਾਰੀ ਲਾਈਫ ਹੀ ਸੈੱਟ ਹੋ ਜਾਏ ਮੇਰੀ, ਐਵੇਂ ਜੌਬ ਦੇ ਪਿੱਛੇ ਭੱਜੀ ਫਿਰਦੀ ਹੈਗੀ, ਜ਼ਿੰਦਗੀ ਬਣ ਜਾਣੀ ਹੈਗੀ ਮੇਰੀ, ਇਸੇ ਨੂੰ ਫਸਾਉਂਗੀ, ਪਿਆਰ ਦੇ ਚੱਕਰਾਂ 'ਚ ਤਾਂ ਪਾ ਹੀ ਲਊਂ ਮੈਂ।